ਇੱਕ ਚੀਜ਼ ਜ਼ਰੂਰ ਦੱਸੋ ਵੀ ਐਡੀ ਛੋਟੀ ਉਮਰ 'ਚ ਐਡਾ ਅੰਪਾਇਰ ਖੜਾ ਕਰਨਾ, ਇਹ ਕਿੱਦਾਂ ਪੋਸੀਬਲ ਹੈ ਔਰ ਕਿਵੇਂ ਕੀਤਾ ਤੁਸੀਂ ਸਾਰਾ ਕੁਛ? ਐਕਚੁਲੀ ਜਿਹੜਾ ਇਹ ਐਮਪਾਇਰ ਆ, ਇਸ 'ਚ ਇਹਨੂੰ ਖੜਾ ਕਰਨ 'ਚ ਜਿਵੇਂ ਹੁਣ ਤੁਹਾਨੂੰ ਦਿਖ ਰਿਹਾ, ਇਹਨੂੰ ਖੜਾ ਕਰਨ 'ਚ ਬਹੁਤ ਜ਼ਿਆਦਾ ਮਿਹਨਤ ਲੱਗੀ ਆ। ਅਸੀਂ ਖੁਦ ਕੰਮ ਕਰਿਆ ਕਿਉਂਕਿ ਪਹਿਲਾਂ ਉਰੇ ਮਤਲਬ ਪੱਕਾ ਸਟਰਕਚਰ ਨਹੀਂ ਹੁੰਦਾ ਸੀ, ਅਸੀਂ ਐਲੀਵੇਟਿਡ ਫਾਰਮ ਬਣਾਇਆ ਹੋਇਆ ਸੀ ਬੈਂਬੂਜ਼ ਦਾ। ਸਾਡੀ ਸਿਹਤ ਖਰਾਬ ਸੀ ਤਾਂ ਜਿਵੇਂ ਸਾਨੂੰ ਲੋੜ ਪਈ ਬੱਕਰੀ ਦੇ ਦੁੱਧ ਦੀ, ਤਾਂ ਪਾਪਾ ਨੇ ਸੋਚਿਆ ਵੀ ਆਪਾਂ ਬੱਕਰੀ ਲੈ ਕੇ ਆਈਏ ਤਾਂ ਕਿ ਆਪਾਂ ਘਰ ਹੀ ਮਤਲਬ ਪਿਓਰ ਦੁੱਧ ਲਈਏ। ਜਦੋਂ ਅਸੀਂ ਇਸਨੂੰ ਬਿਜ਼ਨਸ ਦੇ ਤੌਰ 'ਤੇ ਅੱਗੇ ਵਧਾਉਣ ਦੀ ਸੋਚੀ, ਫਿਰ ਅਸੀਂ ਪਰਫੈਕਸ਼ਨ 'ਚ ਆ ਗਏ ਵੀ ਜੇਕਰ ਮਿਲਕ 'ਤੇ ਕੰਮ ਕਰਨਾ ਤਾਂ ਮਿਲਕ ਦੀ ਬਰੀਡ ਲਿੱਤੀ ਜਾਵੇ। ਸਾਰਾ ਬੈਂਬੂਜ਼ ਦਾ ਕੰਮ ਸਾਡੀ ਫੈਮਿਲੀ, ਸਾਰੀ ਪਾਪਾ ਦੇ ਫਰੈਂਡਸ ਸਭ ਨੇ ਮਿਲ ਕੇ, ਮਤਲਬ ਅਸੀਂ ਉਹਦੇ ਲੇਬਰ ਨਹੀਂ ਲਗਾਏ, ਖੁਦ ਕੰਮ ਕੀਤਾ, ਤਾਂ ਉਹੀ ਮਿਹਨਤ ਦਾ ਨਤੀਜਾ ਹੁਣ ਆ ਵੀ ਹੁਣ ਪ੍ਰੋਫਿਟ ਵੀ ਹੋ ਰਿਹਾ, ਪਬਲਿਸਿਟੀ ਵੀ ਹੋ ਰਹੀ ਆ। ਸੋ ਹੁਣ ਐਂ ਲੱਗਦਾ ਵੀ ਜਿਹੜੀ ਮਿਹਨਤ ਕੀਤੀ ਆ ਉਹ ਸਫਲ ਹੋ ਰਹੀ ਆ। ਹੁਣ ਜਦੋਂ ਮਾਣ ਸਤਿਕਾਰ ਇੱਜ਼ਤ ਪਿਆਰ ਮਿਲਦਾ, ਉਦੋਂ ਕਿਹੋ ਜਿਹਾ ਫੀਲ ਹੁੰਦਾ ਇਕਨੂਰ? ਸਰ ਵਧੀਆ ਫੀਲ ਹੁੰਦਾ ਕਿਉਂਕਿ ਅਸੀਂ ਇਸਦੇ ਪਿੱਛੇ ਮਿਹਨਤ ਵੀ ਬਹੁਤ ਕੀਤੀ ਹੈ, ਅਸੀਂ ਇਹਨਾਂ ਦਾ ਵੇਸਟ ਵੀ ਚੱਕਿਆ, ਇਹਨਾਂ ਦੀ ਮਿਲਕਿੰਗ ਆਪ ਕਰੀ ਹੈ, ਸੈਲ ਕਰਿਆ। ਜਦੋਂ ਸ਼ੁਰੂ ਕੀਤਾ ਬਿਜ਼ਨਸ ਦੇ ਵਿੱਚ ਵਾਧਾ ਹੋਣਾ ਕਿੰਨੀ ਦੇਰ ਬਾਅਦ ਸ਼ੁਰੂ ਹੋਇਆ ਸੀ? ਪਹਿਲਾਂ ਤਾਂ ਆਪਾਂ ਨੂੰ 1.5 ਸਾਲ ਇਹਦੇ ਵਿੱਚ ਮੰਨ ਲੈਣਾ ਚਾਹੀਦਾ ਵੀ ਕੋਈ ਇਨਕਮ ਨਹੀਂ ਹੁੰਦੀ, ਤਾਂ ਸਾਨੂੰ ਪਤਾ ਸੀਗਾ, ਤਾਂ ਅਸੀਂ ਇਸ 'ਤੇ ਹੌਲੀ ਹੌਲੀ ਕੰਮ ਕਰਦੇ ਰਹੇ ਅਤੇ ਹੁਣ ਆ ਕੇ ਸਾਨੂੰ ਪ੍ਰੋਫਿਟ ਆਉਣਾ ਸ਼ੁਰੂ ਹੋ ਚੁੱਕਿਆ। ਆ ਜਿਹੜੀ ਇੱਧਰ ਵਾਲੇ ਪਾਸੇ ਇੰਡਸਟਰੀ ਹੈ, ਇਹਨਾਂ ਦਾ ਕੀ ਨਾਮ ਰੱਖਿਆ? ਇਹ ਜਮਜਮ ਹੈ, ਇਹ ਜੁਗਨੀ ਹੈ। ਆ ਇੱਧਰ ਟੱਬਰ ਜਿਹੜਾ ਬੈਠਾ ਵੀ ਸ਼ਰੀਫਾਂ ਦਾ ਲੱਗਦਾ ਮੈਨੂੰ। ਇਹ ਸਾਰਾ ਮੇਲ ਸੈਕਸ਼ਨ ਹੈ ਜੀ। ਅੱਛਾ, ਇਹ ਮਤਲਬ ਆ ਬੰਦੇ ਤੇ ਵੈਸੇ ਹੀ ਵਿਚਾਰੇ ਬੋਲਦੇ ਨਹੀਂ, ਹਨਾ? ਬੋਲਦੇ ਬਹੁਤ ਹੈ, ਮੈਨੂੰ ਪਤਾ ਹੈ ਤੁਸੀਂ ਬੀਬੀਆਂ ਦੀ ਸਾਈਡ ਲੈਣੀ। ਸਾਡੇ ਵਰਗੇ ਬੱਚੇ ਨੇ, ਸਾਨੂੰ ਦੇਖਦੇ ਨੇ, ਉਹਨਾਂ ਵਾਸਤੇ ਕੋਈ ਮੈਸੇਜ ਆ ਵੀ ਜਿਹੜਾ ਵੀ ਕੰਮ ਤੁਹਾਨੂੰ ਅੱਛਾ ਲੱਗਦਾ ਵੀ ਉਹ ਮਤਲਬ ਠੀਕ ਹੋਵੇ, ਬੁਰਾ ਨਾ ਹੋਵੇ, ਜਿਹੜਾ ਵੀ ਕੰਮ ਤੁਹਾਨੂੰ ਅੱਛਾ ਲੱਗਦਾ ਉਸ 'ਚ ਤੁਸੀਂ ਆਪਣਾ ਸਮੇਂ ਇਨਵੈਸਟ ਕਰਨਾ ਸ਼ੁਰੂ ਕਰ ਦਿਓ। ਅੱਗੇ ਜਾ ਕੇ ਆਪਾਂ ਕਰਦੇ ਹਾਂ ਵੀ ਆਪਾਂ ਨੂੰ ਨੌਕਰੀਆਂ ਮਿਲਣ, ਪਰ ਆਪਾਂ ਨੂੰ ਕੀ ਪਤਾ ਕਿ ਅੱਗੇ ਜਾ ਕੇ ਨੌਕਰੀਆਂ ਮਿਲਣਗੀਆਂ ਹੀ, ਤਾਂ ਕਿਉਂ ਨਹੀਂ ਤੁਸੀਂ ਸ਼ੁਰੂ ਤੋਂ ਹੀ ਆਪਣਾ ਕੋਈ ਸਾਈਡ ਬਿਜ਼ਨਸ ਕਰਦੇ ਜਿਸ ਤੋਂ ਤੁਹਾਨੂੰ ਅੱਗੇ ਜਾ ਕੇ ਪ੍ਰੋਫਿਟ ਹੋਏ। ਉਦੋਂ ਕਿੰਨੀ ਖੁਸ਼ੀ ਹੁੰਦੀ ਜਦੋਂ ਵੱਡੀ ਭੈਣ ਨੂੰ ਕੋਈ ਪ੍ਰਾਪਤੀ ਹੁੰਦੀ ਆ, ਕਿੰਨਾ ਕੁ ਮਨ ਖੁਸ਼ ਹੁੰਦਾ? ਸਰ ਬਹੁਤ ਵਧੀਆ ਲੱਗਦਾ ਕਿਉਂਕਿ ਇਹਨਾਂ ਦੇ ਸਿਰ 'ਤੇ ਮੈਨੂੰ ਵੀ ਸਾਰੇ ਕਹਿੰਦੇ ਨੇ ਅੱਛਾ ਤੁਹਾਡੀ ਸਿਸਟਰ ਮੈਰਿਡ ਦੇ ਵਿੱਚ ਆਈ ਆ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀ ਵੀ ਤੁਸੀਂ ਵੇਖ ਰਹੇ ਹੋ, ਮੈਂ ਪਰਮ ਸਿੰਘ। ਅਕਸਰ ਹੀ ਆਪਾਂ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਪਹੁੰਚਦੇ ਹਾਂ ਅਤੇ ਕਿਸੇ ਖਾਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਅੱਜ ਵੀ ਇੱਕ ਸ਼ਖਸੀਅਤ ਨਹੀਂ ਹੈ ਸਾਡੇ ਕੋਲ, ਅੱਜ ਸਾਡੇ ਕੋਲ ਦੋ ਸ਼ਖਸੀਅਤਾਂ ਨੇ, ਯਾਨੀ ਕਿ ਇੱਕ ਐਸਾ ਕੰਮ ਔਰ ਇੱਕ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰਨੀਆਂ, ਉਹ ਕੰਮ ਹੋ ਗਿਆ। ਅਸੀਂ ਜਿੱਥੇ ਅੱਜ ਖੜ੍ਹੇ ਹਾਂ, ਪਿੰਡ ਰਾਏਪੁਰ ਆ, ਪਟਿਆਲੇ ਦੇ ਕੋਲ ਇਹ ਪਿੰਡ ਹੈ। ਇੱਥੋਂ ਦੀਆਂ ਦੋ ਸਕੀਆਂ ਭੈਣਾਂ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਹੀ ਵੱਡਾ ਮਾਰਕਾ ਮਾਰਿਆ ਅਤੇ ਨਾਲ ਦੇ ਨਾਲ ਇੱਕ ਆਪਣੀ ਸਿਹਤ ਸੁਧਾਰਨ ਅਤੇ ਸਮਾਜ ਦੀ ਸਿਹਤ ਸੁਧਾਰਨ ਦੇ ਵੱਲ ਬੀੜਾ ਚੱਕਿਆ, ਦੂਸਰੇ ਪਾਸੇ ਨਾਲੇ ਨਾਲੇ ਆਪਣਾ ਬਿਜ਼ਨਸ ਵੀ ਚਲਾਉਣਾ ਸ਼ੁਰੂ ਕੀਤਾ। ਅੱਜ ਤੋਂ 4 ਸਾਲ ਪਹਿਲਾਂ ਜਦੋਂ ਕੋਈ ਵਿਪਤਾ ਆਉਣ ਪਈ ਸੀ ਤਾਂ ਉਸ ਵਕਤ ਉਹਨਾਂ ਨੇ ਉਹ ਆਈਡੀਆ ਡਿਵੈਲਪ ਕੀਤਾ ਅਤੇ ਉਹਦੇ ਉੱਤੇ ਕੰਮ ਕੀਤਾ, ਮਿਹਨਤ ਕੀਤੀ, ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਅਤੇ ਅੱਜ ਇੱਥੋਂ ਤੱਕ ਪਹੁੰਚ ਗਏ ਨੇ। ਵੈਸੇ ਤਾਂ ਤੁਹਾਨੂੰ ਆਈਡੀਆ ਹੋ ਗਿਆ ਹੋਣਾ, ਪਰ ਆਪਾਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਅਤੇ ਜਾਣਦੇ ਹਾਂ ਕਿਵੇਂ ਦਾ ਰਿਹਾ ਉਹਨਾਂ ਦਾ ਸਫ਼ਰ। ਮੈਂ ਗੱਲ ਕਰ ਰਿਹਾ ਮੰਨਤ ਮੈਮੀ ਅਤੇ ਏਕਨੂਰ ਮੈਮੀ, ਇੰਡੀਆ ਗੋਟ ਮਿਲਕ ਫਾਰਮ ਜਿਨ੍ਹਾਂ ਦਾ ਹੈ
ਆਓ ਪਹਿਲਾਂ ਕਰਦੇ ਹਾਂ ਸਵਾਗਤ, ਫਿਰ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ। ਠੀਕ ਠਾਕ? ਹਾਂਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਫਾਰਮ ਤੇ। ਹਾਏ ਹਾਏ, ਕੀ ਬਾਤ ਹੈ! ਆ ਜਿਹੜੀਆਂ ਚੀਜ਼ਾਂ ਨੇ ਨਾ, ਇਹ ਸਮੇਂ ਦੇ ਨਾਲ ਆਉਂਦੀਆਂ ਨੇ। ਸੋ ਇਹਨਾਂ ਦੋਵਾਂ ਭੈਣਾਂ ਨੇ ਇੱਕ ਸਮੇਂ ਦੇ ਵਿੱਚ ਇੱਕ ਬੱਕਰੀ ਲੈ ਕੇ, ਉਹਦੇ ਤੋਂ ਜਦੋਂ ਕਹਿੰਦੇ ਨਾ ਵੀ ਕਿਸੇ ਸੈੱਲ ਘੱਟਦੇ ਆ, ਉਦੋਂ ਫਿਰ ਬੱਕਰੀ ਦਾ ਦੁੱਧ ਲੱਭਦੇ ਹੁੰਦੇ ਪਿੰਡ ਦੇ ਵਿੱਚ, ਭਾਅ ਜੀ ਕਿੱਥੋਂ ਮਿਲਦਾ ਜਾਂ ਕੋਈ ਬੱਕਰੀਆਂ ਚਰਾਉਣ ਡਿਆ ਉਹਦੇ ਕੋਲੋਂ ਮਿਲਦਾ। ਇਹਨਾਂ ਨੂੰ ਵੀ ਲੋੜ ਪਈ ਸੀ, ਪਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹਦੀ ਤਾਂ ਪਿੰਡ 'ਚ ਲੋੜ ਪਈ ਰਹਿੰਦੀ ਆ, ਫਿਰ ਇਹਨਾਂ ਨੇ ਆਈਡੀਆ ਡਿਵੈਲਪ ਕੀਤਾ ਅਤੇ ਬਿਜ਼ਨਸ ਚਲਾਇਆ। ਉਮਰ ਦੇਖੋ, ਉਮਰ ਦੋਨਾਂ ਦੀ ਬਹੁਤ ਛੋਟੀ ਉਮਰ ਹੈ, ਸਕੂਲ ਦੇ ਵਿੱਚ ਪੜ੍ਹਦੇ ਨੇ। ਉਸ ਵਕਤ ਜਦੋਂ ਕੰਮ ਸ਼ੁਰੂ ਕੀਤਾ ਸੀ ਉਦੋਂ ਇਸ ਤੋਂ ਵੀ ਜ਼ਿਆਦਾ ਛੋਟੀ ਉਮਰ ਸੀ। ਬੇਟਾ, ਕਿਵੇਂ ਦਾ ਰਿਹਾ ਤੁਹਾਡਾ ਸਫ਼ਰ, ਔਰ ਕਿੱਦਾਂ ਆਈਡੀਆ ਡਿਵੈਲਪ ਕੀਤਾ, ਔਰ ਕਿਵੇਂ ਇਹਦੇ 'ਤੇ ਕੰਮ ਕੀਤਾ, ਔਰ ਘਰਦਿਆਂ ਦਾ ਸਾਥ ਕਿਹੋ ਜਿਹਾ ਰਿਹਾ? ਸਰ, ਜਿਹੜਾ ਆਈਡੀਆ ਸੀ, ਐਕਚੁਅਲੀ ਉਹ ਕੋਇੰਸੀਡੈਂਸਲੀ ਸਾਨੂੰ ਆ ਗਿਆ। ਜਿਵੇਂ ਹੁਣ ਤੁਸੀਂ ਦੱਸਿਆ ਵੀ ਸਾਡੀ ਸਿਹਤ ਖਰਾਬ ਸੀ, ਤਾਂ ਜਿਵੇਂ ਸਾਨੂੰ ਲੋੜ ਪਈ ਬੱਕਰੀ ਦੇ ਦੁੱਧ ਦੀ। ਅਸੀਂ ਪਟਿਆਲਾ ਖਾਸ ਖੇਤਰ ਦੇ ਵਿੱਚ ਰਹਿੰਦੇ ਹਾਂ, ਤਾਂ ਉੱਥੇ ਦੁੱਧ ਮਿਲਣਾ ਬਹੁਤ ਔਖਾ ਹੈ। ਤਾਂ ਪਾਪਾ ਨੇ ਸੋਚਿਆ ਵੀ ਆਪਾਂ ਬੱਕਰੀ ਲੈ ਕੇ ਆਈਏ, ਤਾਂ ਕਿ ਆਪਾਂ ਘਰ ਹੀ ਮਤਲਬ ਪਿਓਰ ਦੁੱਧ ਲਈਏ। ਤਾਂ ਫਿਰ ਮੰਮਾ ਪਾਪਾ ਨੇ ਸਲਾਹ ਕਰਕੇ ਘਰ 'ਚ ਇੱਕ ਬੱਕਰੀ ਲਿਆਂਦੀ। ਉਸ ਟਾਈਮ 'ਤੇ ਅਸੀਂ ਛੋਟੇ ਵੀ ਸੀ, ਤਾਂ ਅਸੀਂ ਆਪਣੀ ਸਾਡੀ ਨਾ ਘਰ ਦੀ ਤੀਸਰੀ ਛੱਤ ਹੈ, ਉੱਥੇ ਕੋਠਾ ਬਣਿਆ ਹੋਇਆ, ਉੱਥੇ ਅਸੀਂ ਬੱਕਰੀ ਰੱਖੀ। ਉੱਥੇ ਘੱਟੋ ਘੱਟ 1.5 ਸਾਲ ਅਸੀਂ ਬੱਕਰੀ ਰੱਖੀ। ਤਾਂ ਫਿਰ ਉਹਦਾ ਦੁੱਧ ਪੀਤਾ, ਸਾਨੂੰ ਦੁੱਧ ਤੋਂ ਇੰਨੇ ਬ੍ਰਿਲੀਅੰਟ ਰਿਜ਼ਲਟਸ ਆਏ ਵੀ ਜਿਵੇਂ ਸਾਰਾ ਕੁਛ ਹੀ ਰਿਕਵਰ ਹੋ ਗਿਆ, ਕੋਈ ਵੀਕਨੈਸ ਨਹੀਂ ਸੀ। ਤਾਂ ਫਿਰ ਇੱਕ ਦਿਨ ਸਾਡੇ ਤੋਂ ਜਿਵੇਂ ਗਵਾਂਢੀਆਂ ਨੇ ਮੰਗ ਲਿਆ, ਤਾਂ ਫਿਰ ਉਹਨਾਂ ਨੇ ਕਿਹਾ ਵੀ ਕੀ ਚਾਰਜਿਸ ਲਉਂਗੇ, ਤਾਂ ਉੱਥੇ ਤੋਂ ਸਾਨੂੰ ਫਿਰ ਬਿਜ਼ਨਸ ਆਈਡੀਆ ਆਇਆ। ਅੱਛਾ, ਮਤਲਬ ਤੁਸੀਂ ਦੋਵੇਂ ਭੈਣਾਂ ਜਦੋਂ ਸਲਾਹ ਕਰਕੇ ਚੱਲਦੇ ਹੋ, ਇੱਕ ਵੱਡੀ ਇੱਕ ਛੋਟੀ ਹੈ, ਬੜੇ ਤਰ੍ਹਾਂ ਦੇ ਕਈ ਵਾਰੀ ਕੀ ਹੁੰਦਾ ਵੀ ਆਪਦੇ ਖਿਆਲ ਜਿਹੜੇ ਕਈ ਵਾਰ ਮੈਚ ਨਹੀਂ ਕਰਦੇ, ਪਰ ਤੁਸੀਂ ਹੁਣ ਇੱਕ ਬਿਜ਼ਨਸ ਨੂੰ ਰਨ ਕਰ ਰਹੇ ਹੋ ਔਰ ਰਲ ਮਿਲ ਕੇ ਕਰ ਰਹੇ ਹੋ, ਦੋਵੇਂ ਇੱਕੋ ਟਾਈਮ 'ਤੇ ਉੱਠਦੇ ਹੋ, ਜਾਂ ਕਦੀ ਇਹ ਹੁੰਦਾ ਵੀ ਛੋਟੀ ਭੈਣ ਕਹਿੰਦੀ ਵੀ ਭੈਣ ਅੱਜ ਤੂੰ ਚਲੀ ਜਾ, ਅੱਜ ਮੈਂ ਥੋੜ੍ਹਾ ਲੇਟ ਆਊਂਗੀ, ਇੱਦਾਂ ਵੀ ਹੁੰਦਾ ਕਦੀ? ਤੁਸੀਂ ਦੱਸੋ। ਨਹੀਂ ਸਰ, ਅਸੀਂ ਦੋਨੋਂ ਇਕੱਠੇ ਉੱਠਦੇ ਹਾਂ, ਫਿਰ ਇਕੱਠੇ, ਕਿਉਂਕਿ ਅਸੀਂ ਸਵੇਰੇ ਕਾਰ ਦੇ ਵਿੱਚ ਆਉਂਦੇ ਹਾਂ ਫਾਰਮ 'ਤੇ, ਤਾਂ ਇਕੱਠੇ ਉੱਠਦੇ ਹਾਂ ਅਤੇ ਫਿਰ ਇਕੱਠੇ ਆ ਜਾਂਦੇ ਹਾਂ। ਐਵੇਂ ਨਹੀਂ ਹੈ ਵੀ ਪਹਿਲਾਂ ਮੈਂ ਆਊਂਗੀ ਇਹ, ਬਾਕੀ ਸਾਡੀ ਸਲਾਹ ਤਾਂ ਦੋਨਾਂ ਦੀ ਸੇਮ ਹੀ ਹੁੰਦੀ ਹੈ। ਸਲਾਹ ਸੇਮ ਹੀ? ਹਾਂਜੀ। ਮਤਲਬ ਇਸ ਪਰਿਵਾਰ ਦੇ ਵਿੱਚ ਨਾ ਕਿਤੇ ਦੋ ਭਰਾਵਾਂ ਦੀ ਲੋੜ ਹੁੰਦੀ ਆ ਵੀ ਦੋ ਭਰਾ ਨੇ ਰਲ ਮਿਲ ਕੇ ਕੰਮ ਕਰਨਗੇ, ਇੱਥੇ ਭੈਣਾਂ ਨੇ ਹੀ ਚਾਰ ਚੰਨ ਲਾਏ ਨੇ। ਅੱਛਾ, ਤੁਸੀਂ ਇਹ ਇਹ ਜਿਹੜੇ ਤੁਸੀਂ ਬੱਚੇ ਲਏ ਨੇ ਹੁਣ, ਛੋਟੇ ਛੋਟੇ ਬੱਚੇ ਨੇ, ਇਹ ਮਤਲਬ ਜਦੋਂ ਇੱਕ ਤੁਸੀਂ ਘਰ ਲਿਆਂਦਾ, ਉਹਨੂੰ 1.5 ਸਾਲ ਹੰਢਾਇਆ, ਔਰ ਉਸ ਤੋਂ ਬਾਅਦ ਤੁਹਾਨੂੰ ਆਈਡੀਆ ਆਇਆ, ਫਿਰ ਹੌਲੀ ਹੌਲੀ ਗਿਣਤੀ ਕਿਵੇਂ ਵਧਾਈ, ਮਤਲਬ ਇਕੱਠੇ ਲਏ ਜਾਂ ਵਾਰੀ ਵਾਰੀ? ਸਰ ਸਰ ਅਸੀਂ ਪਹਿਲੀ ਵਾਰੀ ਬੱਚਾ ਨਹੀਂ ਲਿੱਤਾ ਸੀ, ਇੱਕ ਪ੍ਰੈਗਨੈਂਟ ਫੀਮੇਲ ਸੀ ਉਹ ਲਈ ਸੀ। ਤਾਂ ਉਸ ਤੋਂ ਬਾਅਦ ਐਕਚੁਅਲੀ ਉਹ ਕ੍ਰੋਸ ਬ੍ਰੀਡ 'ਚ ਸੀ, ਉਸ 'ਤੇ ਅਸੀਂ ਮਤਲਬ 1.5 ਸਾਲ ਕੰਮ ਕੀਤਾ, ਦੁੱਧ ਪੀਤਾ, ਸਾਨੂੰ ਵਧੀਆ ਰਿਜ਼ਲਟਸ ਮਿਲੇ। ਜਦੋਂ ਅਸੀਂ ਉਸਨੂੰ ਬਿਜ਼ਨਸ ਦੇ ਤੌਰ 'ਤੇ ਅੱਗੇ ਵਧਾਉਣ ਦੀ ਸੋਚੀ, ਫਿਰ ਅਸੀਂ ਪਰਫੈਕਸ਼ਨ 'ਚ ਆ ਗਏ ਵੀ ਜੇਕਰ ਮਿਲਕ 'ਤੇ ਕੰਮ ਕਰਨਾ ਹੈ ਤਾਂ ਮਿਲਕ ਦੀ ਬ੍ਰੀਡ ਲਿੱਤੀ ਜਾਵੇ। ਤਾਂ ਮਿਲਕ ਦੀ ਜਿਹੜੀ ਵਰਲਡ ਵਾਈਡ ਬ੍ਰੀਡ ਜਾਣੀ ਜਾਂਦੀ ਹੈ, ਉਸਦਾ ਨਾਮ ਸਾਨਿਨ ਬ੍ਰੀਡ ਹੈ, ਜੋ ਕਿ ਸਵਿਟਜ਼ਰਲੈਂਡ ਦੀ ਬ੍ਰੀਡ ਹੈ। ਤਾਂ ਅਸੀਂ ਉਸ 'ਤੇ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਮਤਲਬ ਉਹ ਇੰਡੀਆ 'ਚ ਉਹਦੀ ਜਿਹੜੀ ਪਾਪੂਲੇਸ਼ਨ ਹੈ ਬਹੁਤ ਘੱਟ ਹੈ, ਤਾਂ ਅਸੀਂ ਮਤਲਬ ਬਹੁਤ ਰੇਅਰ ਦੇਖ ਦੇਖ ਕੇ ਸਾਨਿਨ ਜਿਹੜੀ ਆ ਇੱਥੇ ਅਲੱਗ ਅਲੱਗ ਜਗ੍ਹਾਵਾਂ ਤੋਂ ਲੈ ਕੇ ਆਏ ਹਾਂ। ਅੱਛਾ, ਇਹਦੇ 'ਚ ਫਿਰ ਤੁਹਾਡੇ ਫਾਦਰ ਸਾਹਿਬ ਤੁਹਾਡੀ ਹੈਲਪ ਕਰਦੇ ਪੂਰੀ? ਜੀ, ਕਿਉਂਕਿ ਹੁਣ ਅਗਰ ਆਪਾਂ ਚੂਜ਼ ਕਰਨਾ ਅਲੱਗ ਅਲੱਗ ਜਗ੍ਹਾਵਾਂ ਤੋਂ ਜਾਂ ਫਿਰ ਰੂਟ ਟਰਾਂਸਪੋਰਟੇਸ਼ਨ, ਉਹਨਾਂ ਵਿੱਚ ਉਹ ਬਹੁਤ ਹੈਲਪ ਕਰਦੇ ਆ। ਤੁਸੀਂ ਜਦੋਂ, ਕਿਉਂਕਿ ਜਦੋਂ ਬਿਜ਼ਨਸ ਆਈਡੀਆ ਡਿਵੈਲਪ ਹੁੰਦਾ, ਉਸ ਤੋਂ ਬਾਅਦ ਉਹਦੇ 'ਤੇ ਕੰਮ ਕਰਨਾ ਹੁੰਦਾ, 100 ਤਰ੍ਹਾਂ ਦੀਆਂ ਚੀਜ਼ਾਂ ਆਪਾਂ ਕਿਸੇ ਨੂੰ ਕਿਤੇ ਸਾਡਾ ਮਤ ਨਹੀਂ ਮਿਲਦੀ ਵੀ ਆਹ ਚੀਜ਼ ਆਪਾਂ ਨਹੀਂ ਕਰ ਸਕਦੇ, ਜਦੋਂ ਤੁਸੀਂ ਇਹਦੇ ਉੱਤੇ ਕੰਮ ਕੀਤਾ, ਜਦੋਂ ਸ਼ੁਰੂ ਕੀਤਾ, ਬਿਜ਼ਨਸ ਦੇ ਵਿੱਚ ਵਾਧਾ ਹੋਣਾ ਕਿੰਨੀ ਦੇਰ ਬਾਅਦ ਸ਼ੁਰੂ ਹੋਇਆ ਸੀ?
ਸਰ ਇਹ ਜਿਹੜਾ ਬਿਜ਼ਨਸ ਹੈ ਇਹ ਹੌਲੀ ਹੌਲੀ ਚੱਲਦਾ, ਪਹਿਲਾਂ ਤਾਂ ਆਪਾਂ ਨੂੰ 1.5 ਸਾਲ ਇਹਦੇ ਵਿੱਚ ਮੰਨ ਲੈਣਾ ਚਾਹੀਦਾ ਵੀ ਕੋਈ ਇਨਕਮ ਨਹੀਂ ਹੁੰਦੀ, ਤਾਂ ਸਾਨੂੰ ਪਤਾ ਸੀਗਾ ਤਾਂ ਅਸੀਂ ਇਸ 'ਤੇ ਹੌਲੀ ਹੌਲੀ ਕੰਮ ਕਰਦੇ ਰਹੇ ਅਤੇ ਹੁਣ ਆ ਕੇ ਸਾਨੂੰ ਪ੍ਰੋਫਿਟ ਆਉਣਾ ਸ਼ੁਰੂ ਹੋ ਚੁੱਕਿਆ। ਹਾਂਜੀ, ਮੈਨੂੰ ਇੱਕ ਚੀਜ਼ ਜ਼ਰੂਰ ਦੱਸੋ ਵੀ ਐਡੀ ਛੋਟੀ ਉਮਰ 'ਚ ਐਡਾ ਅੰਪਾਇਰ ਖੜਾ ਕਰਨਾ ਇਹ ਕਿੱਦਾਂ ਪੋਸੀਬਲ ਹੈ ਔਰ ਕਿਵੇਂ ਕੀਤਾ ਤੁਸੀਂ ਸਾਰਾ ਕੁਛ? ਇਹਦਾ ਹੁਣ ਆਨਸਰ, ਐਕਚੁਲੀ ਜਿਹੜਾ ਇਹ ਐਮਪਾਇਰ ਆ ਇਸ 'ਚ ਇਹਨੂੰ ਖੜ੍ਹਾ ਕਰਨ 'ਚ ਜਿਵੇਂ ਹੁਣ ਤੁਹਾਨੂੰ ਦਿਖ ਰਿਹਾ, ਇਹਨੂੰ ਖੜ੍ਹਾ ਕਰਨ 'ਚ ਬਹੁਤ ਜ਼ਿਆਦਾ ਮਿਹਨਤ ਲੱਗੀ ਆ। ਅਸੀਂ ਖੁਦ ਕੰਮ ਕਰਿਆ ਕਿਉਂਕਿ ਪਹਿਲਾਂ ਉਰੇ ਮਤਲਬ ਪੱਕਾ ਸਟਰਕਚਰ ਨਹੀਂ ਹੁੰਦਾ ਸੀ, ਅਸੀਂ ਐਲੀਵੇਟਿਡ ਫਾਰਮ ਬਣਾਇਆ ਹੋਇਆ ਸੀ ਬੈਂਬੂਜ਼ ਦਾ, ਉਹ ਸਾਰਾ ਬੈਂਬੂਜ਼ ਦਾ ਕੰਮ ਸਾਡੀ ਫੈਮਿਲੀ ਸਾਰੀ ਪਾਪਾ ਦੇ ਫਰੈਂਡਸ ਸਭ ਨੇ ਮਿਲ ਕੇ, ਮਤਲਬ ਅਸੀਂ ਉਰੇ ਲੇਬਰ ਨਹੀਂ ਲਗਾਏ, ਖੁਦ ਕੰਮ ਕੀਤਾ, ਤਾਂ ਉਹੀ ਮਿਹਨਤ ਦਾ ਨਤੀਜਾ ਹੁਣ ਆ ਵੀ ਹੁਣ ਪ੍ਰੋਫਿਟ ਵੀ ਹੋ ਰਿਹਾ, ਪਬਲਿਸਿਟੀ ਵੀ ਹੋ ਰਹੀ ਆ, ਸੋ ਹੁਣ ਐਂ ਲੱਗਦਾ ਵੀ ਜਿਹੜੀ ਮਿਹਨਤ ਕੀਤੀ ਆ ਉਹ ਸਫਲ ਹੋ ਰਹੀ ਹੈ। ਹੁਣ ਜਦੋਂ ਮਾਣ ਸਤਿਕਾਰ ਇੱਜ਼ਤ ਪਿਆਰ ਮਿਲਦਾ ਉਦੋਂ ਕਿਹੋ ਜਿਹਾ ਫੀਲ ਹੁੰਦਾ ਇੱਕ ਨੂਰ? ਸਰ ਵਧੀਆ ਫੀਲ ਹੁੰਦਾ ਕਿਉਂਕਿ ਅਸੀਂ ਇਸਦੇ ਪਿੱਛੇ ਮਿਹਨਤ ਵੀ ਬਹੁਤ ਕੀਤੀ ਹੈ, ਅਸੀਂ ਇਹਨਾਂ ਦਾ ਵੇਸਟ ਵੀ ਚੱਕਿਆ, ਇਹਨਾਂ ਦੀ ਮਿਲਕਿੰਗ ਆਪ ਕਰੀ ਹੈ, ਸੈਲ ਕਰਿਆ, ਸਾਨੂੰ ਬਹੁਤ ਅੱਛਾ ਲੱਗਦਾ ਜਦੋਂ। ਹਾਂਜੀ, ਮੈਂ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਸਾਰਾ ਕੁਛ ਆਪਣੀ ਮਿਹਨਤ ਨਾਲ ਖੜਾ ਕੀਤਾ ਅਤੇ ਪੜ੍ਹਾਈ 'ਚ ਵੀ ਤੁਸੀਂ ਚੰਗਾ ਮਾਰਕਾ ਮਾਰਿਆ, ਅਸੀਂ ਦੇਖਿਆ ਸੀ ਇੱਕ ਵੀਡੀਓ, ਛੋਟੀ ਭੈਣ ਨੇ ਦੱਸਿਆ ਵੀ ਭੈਣ ਜੀ ਹੁਣਾਂ ਨੇ ਮੈਰਿਟ ਵੀ ਲਿਆ, ਉਦੋਂ ਕਿੰਨੀ ਖੁਸ਼ੀ ਹੁੰਦੀ ਜਦੋਂ ਵੱਡੀ ਭੈਣ ਨੂੰ ਕੋਈ ਪ੍ਰਾਪਤੀ ਹੁੰਦੀ ਆ, ਕਿੰਨਾ ਕੁ ਮਨ ਖੁਸ਼ ਹੁੰਦਾ? ਸਰ ਬਹੁਤ ਵਧੀਆ ਲੱਗਦਾ ਕਿਉਂਕਿ ਇਹਨਾਂ ਦੇ ਸਿਰ 'ਤੇ ਮੈਨੂੰ ਵੀ ਸਾਰੇ ਕਹਿੰਦੇ ਨੇ ਅੱਛਾ ਤੁਹਾਡੀ ਸਿਸਟਰ ਮੈਰਿਟ ਦੇ ਵਿੱਚ ਆਈ ਆ, ਅਤੇ ਫਿਰ ਕਹਿੰਦੇ ਮੇਰੀ ਕਲਾਸ ਦੇ ਵਿੱਚ ਹੁੰਦੇ ਨੇ ਬੱਚੇ, ਉਹ ਕਹਿੰਦੇ ਆ ਵੀ ਜਿਵੇਂ ਪੜ੍ਹਾਈ ਦੇ ਸਿਲਸਿਲੇ ਦੇ ਵਿੱਚ ਦੀਦੀ ਮੈਰਿਟ ਦੇ ਵਿੱਚ ਆਏ, ਉਸਦੇ ਮੁਤਾਬਿਕ ਕਹਿੰਦੇ ਨੇ ਵੀ ਕਿਆ ਉਹ ਸਾਨੂੰ ਟਿਊਸ਼ਨ ਪੜ੍ਹਾ ਸਕਦੇ ਆ, ਇੱਕ ਤਾਂ ਇਸ 'ਚ ਵੀ ਬਹੁਤ ਖੁਸ਼ੀ ਹੁੰਦੀ ਹੈ, ਦੂਸਰਾ ਇਹਨਾਂ ਨੂੰ ਗੋਟ ਫਾਰਮਿੰਗ ਦੇ ਵਿੱਚ ਵੀ DC ਮੈਮ ਵੱਲੋਂ ਇਨਾਮ ਮਿਲਿਆ ਸੀਗਾ 51,000 ਦਾ, ਜਿਹੜੇ ਹੁਣ ਲੁਧਿਆਣਾ ਦੇ ਵਿੱਚ ਨੇ DC ਮੈਮ ਸਾਕਸ਼ੀ ਸ਼ਾਨੀ ਜੀ, ਉਹਨਾਂ ਵੱਲੋਂ ਵੀ ਮਿਲਿਆ ਸੀ, ਉਸਦੇ ਰਿਲੇਟਡ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਸਾਰੇ ਕਹਿੰਦੇ ਨੇ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ, ਤਾਂ ਉਹ ਸੁਣ ਕੇ ਉਹਨਾਂ ਦਾ ਬਹੁਤ ਵਧੀਆ ਫੀਲ ਹੁੰਦਾ। ਪਿੰਡ ਦੇ ਵਿੱਚ ਤਾਂ ਐਂ ਵੀ ਗੱਲਾਂ ਹੁੰਦੀਆਂ ਨਾ ਵੀ ਇਹਨਾਂ ਨੇ ਜਿੱਦਾਂ ਆਮ ਪਿੰਡਾਂ 'ਚ ਕਹਿੰਦੇ ਹੁੰਦੇ ਇਹਨਾਂ ਦਾ DC ਨਾਲ ਕੰਧ ਲੱਗਦੀ ਹੈ, ਸਾਂਝੀ ਕੰਧ ਆ, DC ਨਾਲ ਇਹਨਾਂ ਦੀ ਬਣਦੀ ਹੈ, ਐਂ ਵੀ ਹੁੰਦਾ? ਸੱਚ ਕੰਧ ਤੋਂ ਯਾਦ ਆਇਆ, ਜਿਹੜੇ ਪਟਿਆਲਾ ਜ਼ਿਲ੍ਹਾ ਦੇ ਵਿੱਚ ਜਿਹੜਾ ਮਿੰਨੀ ਸੈਕਟਰੀਏਟ ਹੈ ਉੱਥੇ 5 ਬੱਚਿਆਂ ਦੀ ਫੋਟੋ ਲੱਗੀ ਹੋਈ ਹੈ ਪੂਰੇ ਪਟਿਆਲਾ ਜ਼ਿਲ੍ਹੇ 'ਚੋਂ, ਉਹਨਾਂ 'ਚੋਂ ਇੱਕ ਮੇਰੀ ਫੋਟੋ ਲੱਗੀ ਹੋਈ ਹੈ। ਇਹ ਜਦੋਂ ਤੁਸੀਂ ਮਿਹਨਤ ਕਰਦੇ ਹੋ ਜਦੋਂ ਇੱਦਾਂ ਦਾ ਫਲ ਮਿਲਦਾ ਮਨ ਤਾਂ ਬਾਗੋ ਬਾਗ ਹੋ ਜਾਂਦਾ ਹੋਣਾ? ਹਾਂਜੀ, ਆਪਣੇ ਦੇਖੇ ਤਾਂ ਹਲੇ ਘੱਟ ਹੁੰਦਾ, ਜਦੋਂ ਸਕੂਲ ਦੇ ਟੀਚਰਸ ਦੇਖ ਕੇ ਆਉਂਦੇ ਆ, ਪ੍ਰਿੰਸੀਪਲ ਸਰ ਦੇਖ ਕੇ ਆਉਂਦੇ ਆ, ਫਿਰ ਉਹ ਦੱਸਦੇ ਆ, ਫਿਰ ਜ਼ਿਆਦਾ ਹੁੰਦਾ। ਅੱਛਾ, ਇਹ ਦੋਵੇਂ ਭੈਣਾਂ ਐਡਾ ਗਿਆਨ ਦਾ ਭੰਡਾਰ ਨੇ ਨਾ, ਇਹਨਾਂ ਤੋਂ ਜਿਹੜੀ ਮਰਜ਼ੀ ਚੀਜ਼ ਪੁੱਛ ਲਓ, ਅਸੀਂ ਵੀ ਇਹਨਾਂ ਤੋਂ ਬਹੁਤ ਕੁਝ ਸਿੱਖਣਾ ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੇ ਕੰਮ ਕੀਤਾ, ਜਿਸ ਤਰੀਕੇ ਨਾਲ ਆਈਡੀਆ ਡਿਵੈਲਪ ਕੀਤਾ, ਐਡੀ ਉਮਰ 'ਚ ਐਡਾ ਸਭ ਕੁਛ ਆਉਣਾ ਬਹੁਤ ਵੱਡੀ ਗੱਲ ਹੁੰਦੀ ਹੈ। 100 ਦੇ ਵਿੱਚੋਂ 10% ਇਸ ਤਰ੍ਹਾਂ ਦੇ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਅਜਿਹੀ ਆਮਦ, ਜਿਹਨੂੰ ਆਪਾਂ ਕਹਿ ਸਕਦੇ ਕਿ ਆਮਦ ਹੀ ਹੋਈ ਆ, ਔਰ ਉਹਦੇ 'ਤੇ ਇਹਨਾਂ ਨੇ ਮਿਹਨਤ ਕੀਤੀ, ਇਹਨਾਂ ਦੀ ਮਿਹਨਤ ਸਦਕਾ ਅੱਜ ਸਾਰਾ ਹੋਇਆ। ਮੈਂ ਚਾਹੂੰਗਾ ਇੱਕ ਬੱਚਾ ਤਾਂ ਲਿਆਓ, ਆਪਾਂ ਇਹਦੇ ਬਾਰੇ ਵੀ ਥੋੜ੍ਹੀ ਗੱਲ ਕਰਾਂਗੇ ਵੀ ਕੀ ਔਰ ਕਿਹੜੀ ਕਿਹੜੀ ਬਰੀਡ ਹੁੰਦੀ ਆ, ਕਿੰਨੇ ਦਾ ਦੁੱਧ ਮਿਲਦਾ, ਉਹ ਸਾਰੀ ਗੱਲਬਾਤ ਅੱਜ ਆਪਾਂ ਕਰਾਂਗੇ। ਇਗਨੋਰ, ਜਦੋਂ ਤੁਸੀਂ ਮਤਲਬ ਸਵੇਰੇ ਆ ਕੇ ਡੇਲੀ, ਫਿਰ ਤੁਹਾਡਾ ਕਿੰਨੇ ਘੰਟੇ ਤੁਸੀਂ ਕੰਮ ਕਰਦੇ ਹੋ ਸਵੇਰੇ? ਸਰ ਜਦੋਂ ਹੁਣ ਤਾਂ ਛੁੱਟੀਆਂ ਹੋ ਕੇ ਹਟੀਆਂ ਸੀ ਤਾਂ ਲੱਗ ਜਾਂਦਾ ਜ਼ਿਆਦਾ ਟਾਈਮ, ਪਰ ਹੁਣ ਜਿਵੇਂ ਸਕੂਲ ਸਟਾਰਟ ਹੋ ਗਏ ਤਾਂ ਪੜ੍ਹਾਈ ਨੂੰ ਵੀ ਨਾਲ ਨਾਲ ਧਿਆਨ ਰੱਖਣਾ ਕਿਉਂਕਿ ਮੇਰੀ ਹੁਣ 10th ਕਲਾਸ ਆ, ਤਾਂ ਹੁਣ ਸਾਨੂੰ ਮੈਕਸੀਮਮ 1 ਘੰਟਾ ਕਹਿ ਸਕਦੇ ਹੋ ਤੁਸੀਂ? 1 ਘੰਟਾ ਲੱਗਦਾ? ਹਾਂਜੀ, ਕਿਉਂਕਿ ਮੈਂ ਵੀ ਮੈਰਿਟ ਆਉਣਾ। ਹਾਂਜੀ, ਹੁਣ ਟੀਚਰਸ ਨੂੰ ਪੂਰੀ ਮੇਰੇ ਤੋਂ ਉਮੀਦ ਹੈ ਵੀ ਦੀ ਕਹਿੰਦੇ ਜਦੋਂ ਆਉਂਦੇ ਕਲਾਸ ਦੇ ਵਿੱਚ, ਅੱਛਾ ਮੰਨਤ ਮੈਰਿਟ ਚਾਹੀਏ, ਹੁਣ ਅਗਲੀ ਵਾਰ ਫਿਰ ਅਸੀਂ ਇਹ ਖੁਸ਼ਖਬਰੀ ਸੁਣੀਏ ਤੇਰੇ ਮੂੰਹ ਤੋਂ। ਅੱਛਾ, ਇਹ ਮੈਨੂੰ ਥੋੜ੍ਹਾ ਜਿਹਾ ਇਹਨਾਂ ਦੀ ਬਰੀਡ ਬਾਰੇ ਔਰ ਇਸ ਬਰੀਡ ਦਾ ਦੁੱਧ ਕਿੰਨੇ ਹਿਸਾਬ ਨਾਲ ਵਿਕਦਾ ਔਰ ਕੀ ਕੁਛ ਤੁਸੀਂ ਪ੍ਰੋਡਕਟ ਜਿਹੜੇ ਇਹਨਾਂ ਤੋਂ ਬਣਾਉਂਦੇ ਹੋ? ਸਰ ਜਿਹੜੀ ਇਹ ਬਰੀਡ ਹੈ
ਇਹਦਾ ਨਾਮ ਸਾਨੇਨ ਬਰੀਡ ਹੈ। ਇਹ ਸਵਿਟਜ਼ਰਲੈਂਡ ਦੀ ਬਰੀਡ ਹੈ ਅਤੇ ਵਰਲਡਵਾਈਡ ਮਿਲਕਿੰਗ ਵਾਸਤੇ ਜਾਣੀ ਜਾਂਦੀ ਹੈ। ਇਹ ਬਾਹਰਲੀ ਕੰਟਰੀਆਂ 'ਚ 10-10 ਲੀਟਰ ਵੀ ਦੁੱਧ ਦੇ ਦਿੰਦੀ ਹੈ, ਪਰ ਆਪਣੇ ਇੰਡੀਆ 'ਚ 2-6 ਲੀਟਰ ਤੱਕ ਦੁੱਧ ਦਿੰਦੀ ਹੈ ਇਹ। ਹਾਂਜੀ, ਅਤੇ ਆਪਣੇ ਫਾਰਮ 'ਤੇ ਵੀ ਵਧੀਆ ਦੁੱਧ ਦੇ ਦਿੰਦੀ ਹੈ। ਤਾਂ ਮਤਲਬ ਅਸੀਂ ਪਹਿਲਾਂ ਤਾਂ ਇਹਨਾਂ ਦਾ ਮਿਲਕੀ ਸੈਲ ਕਰਦੇ ਹਾਂ, ਉਹ ਕੱਚਾ ਦੁੱਧ ਵਿਕ ਜਾਂਦਾ। ਅਗਰ ਦੁੱਧ ਸਰਪਲਸ ਹੋਵੇ ਤਾਂ ਪਨੀਰ ਸੈਲ ਕਰਦੇ ਹਾਂ, ਅਤੇ ਜਿਹੜਾ ਘੀ ਹੁੰਦਾ ਹੈ ਦੇਸੀ ਘੀ ਬਣਦਾ ਗੋਟ ਮਿਲਕ ਤੋਂ, ਉਹ ਵੀ ਡਿਮਾਂਡ 'ਚ ਰਹਿੰਦਾ, ਉਹ ਵੀ ਸੈਲ ਕਰਦੇ ਹਾਂ। ਅਤੇ ਮਤਲਬ ਇਹ ਜਿੱਦਾਂ ਕੋਈ ਆਮ ਤੌਰ 'ਤੇ ਖਰੀਦਦਾ ਇਸ ਬਰੀਡ ਨੂੰ, ਅਤੇ ਕਿੰਨੇ ਕੁ ਦੇ ਵਿੱਚ ਇੱਕ ਬੱਚਾ ਮਿਲ ਜਾਂਦਾ, ਜਾਂ ਜੇ ਥੋੜ੍ਹਾ ਵੱਡਾ ਲੈਣਾ ਹੋਵੇ ਇਸ ਬਰੀਡ ਦਾ ਤਾਂ ਉਹ ਕਿੰਨੇ ਕੁ 'ਚ ਮਿਲ ਜਾਂਦਾ? ਜਿਹੜੀ ਇਹਦੀ ਐਵਰੇਜ ਸੈਨਿਨ ਫੀਮੇਲ ਦਾ ਪ੍ਰਾਈਜ਼ ਰੱਖਿਆ ਜਾਂਦਾ, ਉਹ 60,000 ਤੋਂ ਸ਼ੁਰੂ ਹੁੰਦੀ ਹੈ ਜੀ। ਬੱਚੇ 3 ਕੁ ਮਹੀਨੇ ਦੇ ਅਸੀਂ ਵੇਚਦੇ ਹਾਂ, 25,000 ਦਾ ਇੱਕ ਪੈਂਦਾ। ਹੁਣ ਜਦੋਂ ਤੁਸੀਂ ਇਹਦਾ ਮਿਲਕ ਸੇਲ ਕਰਦੇ ਹੋ, ਉਦਾਂ ਆਮ ਤੌਰ 'ਤੇ ਆਪਾਂ ਸੁਣਦੇ ਹਾਂ ਨਾ ਪਿੰਡਾਂ ਥਾਵਾਂ ਦੇ ਵਿੱਚ ਵੀ 400 ਰੁਪਏ ਨੂੰ ਕਿਲੋ ਮਿਲਦਾ ਜਾਂ ਇੱਦਾਂ, ਉਹਦੇ ਬਾਰੇ ਥੋੜ੍ਹਾ ਜਿਹਾ ਕਲੀਅਰ ਕਰਿਓ ਵੀ ਕਿੰਨੇ ਰੁਪਏ ਨੂੰ ਕਿਲੋ ਇਹਨਾਂ ਦਾ ਮਿਲਕ ਹੁੰਦਾ? ਸਰ, ਮਿਲਕ ਤਾਂ ਅਸੀਂ ਜਿਹੜਾ ਵੇਚਦੇ ਹਾਂ ਉਹ 400 ਰੁਪਏ ਲੀਟਰ ਹੀ ਵੇਚਦੇ ਹਾਂ, ਕਿਉਂਕਿ ਮਤਲਬ ਫਾਰਮ 'ਤੇ ਜਿਹੜੀ ਗੋਟਸ ਰੱਖਦੇ ਹਾਂ ਉਹਨਾਂ ਦਾ ਮਤਲਬ ਇੰਨੇ ਖਰਚੇ 'ਚ ਨਿਕਲ ਜਾਂਦਾ, ਇਸ ਕਰਕੇ 400 ਰੁਪਏ ਲੀਟਰ। ਓਕੇ, ਇਹਨਾਂ ਨੂੰ ਇੱਕ ਨੂਰ ਦਿੰਦੇ ਕੀ ਹੋ ਖਾਣ ਪੀਣ ਦੇ ਲਈ, ਕੀ ਇਹਨਾਂ ਦੀ ਡਾਈਟ ਕੀ ਆ ਉਹਦੇ ਬਾਰੇ ਦੱਸੋ। ਸਰ, ਜਿਵੇਂ ਹੁਣ ਗਰਮੀਆਂ ਚੱਲ ਰਹੀਆਂ ਨੇ ਤਾਂ ਉਹਦੇ ਵਿੱਚ ਇਹਨਾਂ ਨੂੰ ਸੀਜ਼ਨਲ ਟੋਕਾ ਦਿੰਦੇ ਹਾਂ ਅਸੀਂ, ਬਾਕੀ ਇਸੇ ਸਰਦੀਆਂ ਦੇ ਵਿੱਚ ਸਾਈਲੇਜ ਵੀ ਦਿੰਦੇ ਹਾਂ, ਅਤੇ ਸਵੇਰ ਤੋਂ ਲੈ ਕੇ ਸਵੇਰ ਦੇ ਰਨ ਟੋਕਾ ਦਿੱਤਾ ਜਾਂਦਾ, ਫਿਰ ਦੁਪਹਿਰ ਨੂੰ ਅਸੀਂ ਸੰਨੀ ਕਰਦੇ ਹਾਂ ਜਿਹਦੇ ਵਿੱਚ ਅਸੀਂ ਸ਼ੀਰਾ ਵਗੈਰਾ ਹੋਰ ਮਿਨਰਲ ਮਿਕਸਚਰ ਡਾਲਦੇ ਹਾਂ ਤਾਂ ਕਿ ਉਹ ਉਹਨਾਂ ਦੇ ਤੱਤ ਦੁੱਧ ਦੇ ਵਿੱਚ ਆਉਣ, ਆਪਾਂ ਨੂੰ ਮਿਲਣਗੇ। ਉਸ ਤੋਂ ਬਾਅਦ ਸ਼ਾਮ ਨੂੰ ਵੀ ਅਸੀਂ ਸੰਨੀ ਕਰਦੇ ਹਾਂ। ਓਕੇ, ਅਤੇ ਤੁਸੀਂ ਮਤਲਬ ਜਿੱਦਾਂ ਹੁਣ ਇਹ ਇੱਥੋਂ ਤੱਕ ਤੁਸੀਂ ਪਹੁੰਚੇ ਹੋ, ਫਿਊਚਰ ਪਲਾਨ ਵੀ ਹੁੰਦਾ ਬੰਦੇ ਦਾ ਵੀ ਆਪਾਂ ਹੋਰ ਅੱਗੇ ਲੈ ਕੇ ਜਾਣਾ, ਸਾਡੀਆਂ ਬ੍ਰਾਂਚਾਂ ਵੀ ਹੋਣ, ਇੱਦਾਂ ਦੇ ਪਲੈਨਿੰਗਸ ਹੈਗੀਆਂ ਨੇ ਦਿਮਾਗ 'ਚ? ਇਹ ਪਲੈਨਿੰਗਸ ਚੱਲ ਰਹੀਆਂ ਨੇ ਐਕਚੁਲੀ ਹਲੇ ਫਿਲਹਾਲ, ਕਿਉਂਕਿ ਇਹ ਸਾਨੇ ਬਰੀਡ ਬਹੁਤ ਘੱਟ ਹੈ, ਅਸੀਂ ਲਾਈਫ ਸਟੋਕ ਵਧਾਉਣ 'ਤੇ ਫੋਕਸ ਕਰ ਰਹੇ ਹਾਂ, ਤਾਂ ਹੌਲੀ ਹੌਲੀ ਲਾਈਫ ਸਟੋਕ ਵੀ ਵੱਧ ਰਿਹਾ। ਬਾਕੀ ਸਾਈਡ ਬਾਏ ਅਸੀਂ ਟ੍ਰੇਨਿੰਗ ਵੀ ਦਿੰਦੇ ਹਾਂ, ਤਾਂ ਉੱਥੇ ਤੋਂ ਵੀ ਮਤਲਬ ਫਾਰਮ ਦੀ ਇਨਕਮ ਜਨਰੇਟ ਹੋ ਰਹੀ ਹੈ। ਓਕੇ, ਅੱਛਾ, ਟ੍ਰੇਨਿੰਗ ਦੇ ਵਾਸਤੇ ਕਿੰਨੇ ਕੁ ਜਿਹੜੇ ਤੁਹਾਡੇ ਕੋਲ ਸਟੂਡੈਂਟ ਆ ਜਾਂਦੇ ਆ, ਮਤਲਬ ਜਿਹੜੇ ਟ੍ਰੇਨਿੰਗ ਲੈਣ ਵਾਸਤੇ ਗੋਟ ਫਾਰਮਿੰਗ ਦੀ, ਕੀ ਕੁਛ ਤੁਹਾਡੇ ਕੋਲ ਆਉਂਦਾ ਟ੍ਰੇਨਿੰਗ? ਐਕਚੁਅਲੀ ਜਦੋਂ ਅਸੀਂ ਸੋਸ਼ਲ ਮੀਡੀਆ 'ਤੇ ਪਾਉਂਦੇ ਹੁੰਦੇ ਹਾਂ ਆਪਣੇ ਪੇਜ 'ਤੇ, ਤਾਂ ਕਾਫੀ ਜਣੇ ਹੁੰਦੇ ਨੇ ਜਿਹੜੇ ਇੰਟਰਸਟਿਡ ਹੁੰਦੇ ਨੇ, ਉਹ ਆ ਜਾਂਦੇ ਨੇ ਟ੍ਰੇਨਿੰਗ ਵਾਸਤੇ। ਤਾਂ 2 ਦਿਨ ਦੀ ਆਪਣੀ ਟ੍ਰੇਨਿੰਗ ਹੁੰਦੀ ਆ, ਉਸ 'ਚ 1 ਦਿਨ ਦਾ ਆਪਣਾ ਅਕੋਮੋਡੇਸ਼ਨ ਹੁੰਦੀ ਹੈ ਐਂਡ 2 ਦਿਨ ਦਾ ਖਾਣਾ ਪੀਣਾ। ਤਾਂ ਜਿਹੜੇ ਉਹ ਹੁੰਦੇ ਨੇ ਟ੍ਰੇਨਰਸ, ਉਹ ਮਤਲਬ ਇੱਕ ਤਰ੍ਹਾਂ ਦੇ ਕੈਂਪ ਵਾਂਗੂ ਇਸ ਨੂੰ ਇੰਜੋਏ ਕਰਦੇ ਨੇ ਵੀ ਮਤਲਬ 2 ਦਿਨ ਘਰ ਤੋਂ ਬਾਹਰ ਰਹਿਣਾ ਇੱਕ ਤਰ੍ਹਾਂ ਦਾ ਕੈਂਪ ਹੀ ਹੋ ਗਿਆ। ਤਾਂ ਉਹ ਮਤਲਬ ਬਹੁਤ ਖੁਸ਼ ਹੋ ਕੇ ਆਉਂਦੇ ਨੇ, ਕਈ ਫੈਮਿਲੀ ਤਾਂ ਆਪਣੇ ਬੱਚਿਆਂ ਨੂੰ ਵੀ ਲਿਆਉਂਦੇ ਆ। ਇੱਕ ਸਾਡੇ ਕੋਲ ਨਾ ਲੇਡੀਜ਼ ਕੈਂਡੀਡੇਟ ਬਹੁਤ ਆਉਂਦੇ ਨੇ, ਕਿਉਂਕਿ ਹੁਣ ਲੇਡੀਜ਼ ਦੇ ਮਨ ਵਿੱਚ ਵੀ ਜਾਗਰੂਕਤਾ ਹੋ ਰਹੀ ਹੈ ਸਾਨੂੰ ਦੇਖ ਕੇ, ਕਿਉਂਕਿ ਹੁਣ ਲੇਡੀਜ਼ ਐਮਪਾਵਰਮੈਂਟ ਵੱਲ ਵੀ, ਵੂਮੈਨ ਐਮਪਾਵਰਮੈਂਟ ਵੱਲ ਵੀ ਅਸੀਂ ਮਤਲਬ ਕੰਮ ਕਰ ਰਹੇ ਹਾਂ। ਅੱਛਾ, ਇੱਕ ਤੁਸੀਂ ਇਹਨਾਂ ਦਾ ਦੱਸੋ ਵੀ ਇਹਨਾਂ ਦੇ ਬਾਰੇ, ਮਤਲਬ ਇਹਨਾਂ ਤੋਂ ਕਿਹੜੀ ਕਿਹੜੀ ਚੀਜ਼ ਤੋਂ ਬਚਣਾ ਚਾਹੀਦਾ, ਇਹਦੇ ਬਾਰੇ ਸਾਵਧਾਨੀਆਂ ਕੀ ਨੇ ਉਹ ਜ਼ਰੂਰ ਦੱਸੋ। ਸਾਵਧਾਨੀਆਂ ਹਿਊਮਨਸ ਪ੍ਰਤੀ ਤਾਂ ਮਤਲਬ ਬਹੁਤ ਘੱਟ ਨੇ ਇਹ ਐਕਚੁਅਲੀ, ਜਿਵੇਂ ਕੁੱਤੇ ਹੁੰਦੇ ਨੇ, ਬਿੱਲੀਆਂ ਹੁੰਦੀਆਂ, ਦੰਦੀ ਵੱਢ ਲੈਂਦੀਆਂ ਨੇ, ਉਹ ਨਹੀਂ ਵੱਢਦੇ, ਅਤੇ ਨੋ ਵੀ ਨਹੀਂ ਹੈਗੇ, ਦੇਖੋ ਵੀ ਨੋ ਲੱਗੇ ਤਾਂ ਕੁਛ ਹੋ ਜੇ। ਬਾਕੀ ਇਹਨਾਂ ਨੂੰ ਇਹਨਾਂ ਦੀ ਮੰਥ ਉਹ ਈਅਰਲੀ ਵੈਕਸੀਨੇਸ਼ਨ ਹੁੰਦੀ ਹੈ, ਉਹ ਤੁਸੀਂ ਲਗਾਓਗੇ ਮਤਲਬ ਫਿਰ ਠੀਕ ਰਹਿੰਦੇ ਨੇ। ਅੱਛਾ, ਇੱਕ ਨੂੰ ਤੁਸੀਂ ਇਹ ਦੱਸੋ ਵੀ ਜਦੋਂ ਤੁਸੀਂ ਇੱਥੇ ਆ ਕੇ ਸਵੇਰੇ ਸਵੇਰੇ ਕੰਮ ਕਰਦੇ ਹੋ ਸਾਰਾ ਕੁਛ, ਹੈ ਨਾ, ਕਈ ਵਾਰੀ ਇਹਨਾਂ ਦੇ ਵਿੱਚੋਂ ਕਈਆਂ ਦੀ ਸਿਹਤ ਵੀ ਢਿੱਲੀ ਹੁੰਦੀ ਹੋਣੀ ਹੈ, ਉਹ ਵੀ ਫਿਰ ਤੁਸੀਂ ਮੈਨੇਜ ਕਰਦੇ ਹੋ? ਸਰ, ਪਹਿਲਾਂ ਹੁੰਦੀ ਸੀ, ਕਿਉਂਕਿ ਹੁਣ ਡਾਈਟ 'ਤੇ ਪੂਰਾ ਧਿਆਨ ਦੇ ਰਿਹਾ, ਹੁਣ ਜ਼ਿਆਦਾਤਰ ਇਹ ਨਹੀਂ ਦੇਖਣ ਨੂੰ ਮਿਲਦੀ ਪ੍ਰੋਬਲਮ। ਪਰ ਜੇ ਸਿਹਤ ਢਿੱਲੀ ਹੁੰਦੀ ਹੈ ਤਾਂ ਜਿਹੜੀ ਸਾਨੂੰ ਦਵਾਈਆਂ ਪਤਾ ਨੇ ਜਿਹੜੀ ਪ੍ਰੋਬਲਮ, ਉਹਦੇ ਰਿਲੇਟਡ ਅਸੀਂ ਦਵਾਈ ਦੇ ਦਿੰਦੇ ਹਾਂ ਫਿਰ।
ਲਓ ਜੀ, ਆਪਾਂ ਲਗਭਗ ਜਾਣਕਾਰੀ ਇਹਨਾਂ ਤੋਂ ਲੈ ਲਈ ਆ। ਹੁਣ ਸਾਨੂੰ ਥੋੜ੍ਹਾ ਜਿਹਾ ਘੁਮਾ ਵੀ ਦਿਓ, ਨਾਲ ਨਾਲ ਉਧਰਲੇ ਪਾਸੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਵੇਂ ਦਾ। ਔਰ ਤੁਸੀਂ ਦੇਖੋ ਜੀ, ਏਡੀ ਉਮਰ ਦੇ ਵਿੱਚ ਇਸ ਤਰੀਕੇ ਦਾ ਕੰਮ ਕਰਨਾ, ਔਰ ਸਭ ਤੋਂ ਵੱਡੀ ਗੱਲ ਆ ਇਹਨਾਂ ਦੇ ਦਾਦਾ ਜੀ ਵੀ ਇੱਥੇ ਨਾਲ ਹੀ ਖੜ੍ਹੇ ਨੇ। ਆਪਾਂ ਬਾਪੂ ਜੀ ਨਾਲ ਵੀ ਗੱਲ ਕਰਾਂ। ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਜੀ, ਠੀਕ ਹੋ? ਬਹੁਤ ਵਧੀਆ। ਅਕਸਰ ਲੋਕ ਨਾ ਕਹਿ ਦਿੰਦੇ ਆ ਵੀ ਸਾਨੂੰ ਪੋਤਾ ਦੇ ਦੇਵੇ, ਤੁਹਾਡਾ ਤਾਂ ਹੁਣ ਮਾਣਨਾ ਸਿਰ ਹੀ ਉੱਚਾ ਹੋਣਾ ਵੀ ਪੋਤੀਆਂ ਆਈਆਂ ਨੇ, ਪੋਤਿਆਂ ਤੋਂ ਵੀ ਤਾਂ ਨੇ। ਉਹ ਪੋਤੇ ਪੋਤੀ ਦਾ ਕੋਈ ਫਰਕ ਨਹੀਂ ਹੈ, ਬਿਲਕੁਲ। ਮੈਂ ਤਾਂ ਬਿਲਕੁਲ ਹੀ ਨਹੀਂ ਸਮਝਦਾ ਇਸ ਗੱਲ ਨੂੰ। ਇਹ ਤਾਂ ਸਾਰੇ ਬਾਬਾ ਜੀ ਦੇ ਬਣਾਏ ਹੋਏ ਜੀਵ ਹੈ, ਕੋਈ ਪੋਤਾ ਨਹੀਂ ਕੋਈ ਪੋਤੀ ਨਹੀਂ, ਸਭ ਬਾਬਾ ਜੀ ਦੇ ਰੰਗ ਤਮਾਸਾ ਚੱਲਿਆ। ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਪੋਤੀਆਂ ਦਾ ਨਾਮ ਲੈ ਕੇ ਪਿੰਡ 'ਚ ਤੁਹਾਨੂੰ ਕੋਈ ਬੁਲਾਉਂਦਾ? ਬੜੀ ਖੁਸ਼ੀ, ਬਹੁਤ ਜ਼ਿਆਦਾ। ਹਰ ਇੱਕ ਬੰਦਾ ਇੱਜ਼ਤ ਕਰਦਾ ਅਤੇ ਅੱਛੇ ਕੰਮ ਕਾਰ ਵਾਸਤੇ ਸਭ ਬੱਲੇ 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 ਬੱਲੇ। ਲਓ ਜੀ, ਦਾਦਾ ਜੀ ਖੁਸ਼ ਹੋ ਗਏ, ਕਹਿੰਦੇ ਵੀ ਬੱਲੇ ਬੱਲੇ ਆ। ਆਓ ਸਾਨੂੰ ਦਿਖਾਓ ਜੀ ਅਗਲੇ ਪਾਸੇ, ਉਹ ਉੱਧਰ ਵਾਲਾ ਪਾਸਾ ਵੱਖਰਾ ਰੱਖਿਆ। ਹਾਂਜੀ, ਇਹ ਦੋ ਸ਼ੈੱਡ ਹੈ, ਉਹ ਨਵਾਂ ਬਣਿਆ ਆ, ਇਹ ਮਤਲਬ ਪੁਰਾਣੇ ਆ 2 ਸਾਲ। ਅੱਛਾ, ਇਹ ਪੁਰਾਣੇ ਨੇ ਉਹ ਨਵਾਂ ਬਣਿਆ। ਤੁਸੀਂ ਸ਼ੁਰੂ ਕਦੋਂ, ਮਤਲਬ ਜਦੋਂ ਕਿਹੜੇ ਸੰਚ ਕੀਤਾ ਸੀਗਾ, ਔਰ ਹੁਣ ਤਾਂ ਲਗਭਗ ਤੁਹਾਨੂੰ 4 ਸਾਲ ਹੋ ਗਏ ਨੇ? 2019 ਦੇ ਮਿਡ ਦੇ ਵਿੱਚ ਜਦੋਂ ਲੋਕਡਾਊਨ ਲੱਗਿਆ ਸੀ ਜੀ, ਉਦੋਂ ਸ਼ੁਰੂ ਕੀਤਾ ਸੀ। ਆਓ ਜੀ, ਤੁਹਾਨੂੰ ਆਹ ਦਿਖਾਉਂਦੇ ਹਾਂ, ਇਹ ਨਵਾਂ ਇਹਨਾਂ ਨੇ ਨਵਾਂ ਸ਼ੈੱਡ ਬਣਾਇਆ। ਉੱਪਰ ਦੇਖੋ ਤੁਸੀਂ, ਐਨ ਵਧੀਆ ਤਰੀਕੇ ਦੇ ਨਾਲ ਇੱਥੇ ਕੰਮ ਕੀਤਾ ਹੋਇਆ। ਲਾਈਟ ਹੈਗੀ ਆ? ਆਓ ਜੀ, ਲਾਈਟ ਤਾਂ ਹੋਊਗੀ। ਅੱਛਾ, ਪੱਖੇ ਪੁੱਖੇ ਲਾਏ ਹੋਏ ਨੇ, ਕਿਆ ਬਾਤ ਹੈ। ਅੱਛਾ, ਇਹ ਇਹਦੇ ਵਿੱਚ ਜਿੰਨੇ ਵੀ ਤੁਸੀਂ ਹੈਗੇ ਨੇ ਤੁਹਾਡੇ ਕੋਲ, ਇਹਨਾਂ ਦੀ ਮਤਲਬ ਏਜ? ਇਹ ਸਾਰੀਆਂ ਜਿਹੜੀਆਂ ਫੀਮੇਲਸ ਨੇ ਜੀ, ਇਹਦੇ ਵਿੱਚ 6 ਤੋਂ 7 ਸਾਲ ਦੇ ਵਿੱਚ ਨੇ ਫੀਮੇਲਸ, ਅਤੇ ਕੁਛ 2 ਤੋਂ 3 ਸਾਲ ਦੇ ਵਿੱਚ ਨੇ, ਕੁਛ ਇਹਨਾਂ ਦੇ ਵਿੱਚ ਬੱਚੇ ਨੇ। ਐਕਚੁਲੀ ਇਹ ਸਾਰੇ ਮਤਲਬ ਇੱਕ ਤਰ੍ਹਾਂ ਦੀ ਕੈਟਾਗਰੀ ਹੈ, ਜਿਵੇਂ ਸਾਰੇ ਮਤਲਬ ਸ਼ਾਂਤ ਸੁਭਾਅ ਦੇ ਨੇ, ਤਾਂ ਇਸ ਕਰਕੇ ਇਕੱਠੇ ਨੇ ਇਹ। ਇਹ ਵੀ ਖਾਸੀਅਤ ਹੈ ਵੀ ਇਹ ਸ਼ਾਂਤ ਸੁਭਾਅ ਦੇ, ਆਪਸ 'ਚ ਨਹੀਂ ਲੜਦੇ। ਜਿਹੜੀ ਸਿੰਘਾਂ ਵਾਲੀ ਬੱਕਰੀਆਂ ਹੁੰਦੀਆਂ ਉਹ ਆਪਸ ਦੇ ਵਿੱਚ ਲੜਦੀਆਂ, ਇਹਨਾਂ ਨੂੰ ਅਲੱਗ ਅਲੱਗ ਰੱਖਣਾ ਪੈਂਦਾ, ਇਸ ਕਰਕੇ ਇਹਨਾਂ ਦੇ ਸਿੰਘ ਬਹੁਤ ਘੱਟ ਨੇ। ਤਾਂ ਜਿਵੇਂ ਛੋਟੇ ਛੋਟੇ ਸਿੰਘ ਵੀ ਨੇ, ਤਾਂ ਉਹਨਾਂ ਦਾ ਸ਼ਾਂਤ ਸੁਭਾਅ ਹੈ, ਇਸ ਕਰਕੇ ਇਕੱਠੀਆਂ ਰੱਖੀਆਂ ਹੋਈਆਂ। ਇਗਨੋਰ ਇਹਨਾਂ, ਇਹ ਦੱਸੋਗੇ ਸਾਨੂੰ ਵੀ ਇਹ ਇਹਨਾਂ ਦੀ ਜਿਹੜੀ ਕਹਿ ਲਓ ਵੀ ਉਮਰ ਕਿੰਨੀ ਕੁ ਹੁੰਦੀ ਆ ਇੱਕ ਬੱਕਰੀ? ਸਰ 16 ਤੋਂ 18 ਸਾਲ ਗੂਗਲ ਜੇ ਆਪਾਂ ਸਰਚ ਕਰੀਏ ਤਾਂ ਮੰਨੀ ਜਾਂਦੀ ਹੈ। ਵੈਸੇ ਇਹ ਡਾਇਟ 'ਤੇ ਡਿਪੈਂਡ ਹੁੰਦਾ, ਜੇ ਆਪਾਂ ਉਹਨੂੰ ਸ਼ੁਰੂ ਤੋਂ ਹੀ ਵਧੀਆ ਡਾਇਟ ਦੇਵਾਂਗੇ ਤਾਂ ਉਸਦੀ ਉਮਰ ਦੇ ਦੇਖਿਆ ਜਾਊਗਾ। ਬਾਕੀ ਜਿਹੜੀ ਉਹਦੀ ਪਿਛਲੀ ਪੀੜ੍ਹੀ ਹੈ ਉਹਦੀ ਡਾਇਟ ਕੈਸੀ ਸੀਗੀ, ਉਹ ਵੀ ਇਸ ਦੇ ਵਿੱਚ ਦੇਖੀ ਜਾਂਦੀ ਹੈ, ਉਹ ਵੀ ਕਾਊਂਟ ਹੁੰਦੀ। ਹਾਂਜੀ। ਅੱਛਾ, ਜਿਹੜੇ ਤੁਸੀਂ ਟ੍ਰੇਨਿੰਗ ਕੈਂਪ ਲਾਉਂਦੇ ਹੋ, ਜਿਸ ਦੇ ਵਿੱਚ ਆ ਕੇ ਟ੍ਰੇਨਿੰਗ ਲੈਂਦੇ ਨੇ, ਚਾਹੇ ਉਹ ਲੇਡੀਜ਼ ਨੇ ਚਾਹੇ ਜੈਂਟਸ ਨੇ, ਜਦੋਂ ਤੁਸੀਂ ਟ੍ਰੇਨਿੰਗ ਦਿੰਦੇ ਹੋ ਉਹਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਖਾਸ ਤੌਰ 'ਤੇ ਤੁਸੀਂ ਧਿਆਨ ਰੱਖਦੇ ਹੋ ਵੀ ਆਹ ਚੀਜ਼ ਜ਼ਰੂਰ ਇਹਨਾਂ ਨੂੰ ਸਮਝਾਉਣੀ ਆ, ਜੇ ਚੀਜ਼ 'ਤੇ ਗਲਤੀ ਹੋਈ ਤਾਂ ਨੁਕਸਾਨ ਹੋ ਸਕਦਾ? ਐਕਚੁਲੀ ਅਸੀਂ ਪੂਰਾ ਮੈਨਿਊ ਬਣਾ ਰੱਖਿਆ ਟ੍ਰੇਨਿੰਗ ਦਾ, ਤਾਂ ਉਸ 'ਚ ਪ੍ਰੋਪਰਲੀ ਟਾਈਮਿੰਗ ਨਾਲ ਡਿਸਟ੍ਰੀਬਿਊਸ਼ਨ ਕੀਤੀ ਹੋਈ ਆ ਵੀ ਕੀ ਉਹਨਾਂ ਨੂੰ ਦੇਣਾ ਕਿਵੇਂ ਕਿਵੇਂ। ਤਾਂ ਉਸ 'ਚ ਮੇਨ ਵਿਸ਼ੇ ਹੁੰਦੇ ਨੇ ਜਿਵੇਂ ਬੱਕਰੀਆਂ ਦੀ ਬਰੀਡ ਅਤੇ ਉਹਨਾਂ ਦੀ ਇੰਪੋਰਟੈਂਸ, ਵੀ ਅਗਰ ਤੁਸੀਂ ਮੀਟ 'ਤੇ ਕੰਮ ਕਰਨਾ ਤਾਂ ਕਿਹੜੀ ਬਰੀਡ ਆ, ਮਿਲਕ 'ਤੇ ਕਰਨਾ ਕਿਹੜੀ ਬਰੀਡ ਆ। ਉਸ ਤੋਂ ਬਾਅਦ ਰੱਖ ਰਖਾਵ ਆ ਗਿਆ, ਮੈਡੀਸਿਨਸ ਆ ਗਈਆਂ। ਇੱਕ ਅਸੀਂ ਲੋਨ ਬਾਰੇ ਦੱਸਦੇ ਹੁੰਦੇ ਹਾਂ, NLM ਦੀ ਲੋਨ ਸਕੀਮ ਹੈ, ਉਸਦੇ ਬਾਰੇ ਜ਼ਰੂਰ ਦੱਸਦੇ ਹੁੰਦੇ ਹਾਂ। ਐਂਡ ਇੱਕ ਹੁੰਦਾ ਹੈ ਬਿਜ਼ਨਸ ਮਾਡਲ ਗੋਟ ਫਾਰਮਿੰਗ ਦਾ, ਉਹ ਬਹੁਤ ਘੱਟ ਗੋਟ ਫਾਰਮਰਸ ਦੱਸਦੇ ਨੇ, ਬਸ ਉਹ ਵੀ ਦੱਸਦੇ ਹਾਂ ਵੀ ਤੁਸੀਂ ਬੱਕਰੀ ਪਾਲਣ ਤਾਂ ਸ਼ੁਰੂ ਕਰ ਲਿਆ ਤਾਂ ਉਸ ਤੋਂ ਪੈਸਾ ਕਿਵੇਂ ਕਮਾਉਣਾ। ਤਾਂ ਉਹਦੇ ਨਾਲ ਜਿਹੜਾ ਫਾਰਮਰ ਹੁੰਦਾ ਉਹਦੀ ਇਨਕਮ ਜਨਰੇਟ ਹੋਣ ਲੱਗ ਜਾਂਦੀ ਹੈ, ਉਹਨੂੰ ਹੌਸਲਾ ਆ ਜਾਂਦਾ। ਸੋ ਮਤਲਬ ਉਹ ਮਤਲਬ ਉਹਦਾ ਫਾਰਮ ਡੁੱਬਦਾ, ਡੁੱਬਣ ਵਾਲੀ ਸਟੇਟ 'ਚ ਨਹੀਂ ਜਾਂਦਾ।
ਕਿਉਂਕਿ ਹੁਣ ਅਗਰ ਆਪਾਂ ਹੀ ਦੇਖੀਏ ਵੀ ਡੇਢ ਸਾਲ ਇਨਕਮ ਨਹੀਂ ਹੋਈ ਤਾਂ ਆਪਣਾ ਮਨ ਹੀ ਕਹਿਣ ਲੱਗ ਜਾਂਦਾ ਵੀ ਚੱਲ ਛੱਡੋ, ਇਸ 'ਚ ਕੁਛ ਨਹੀਂ ਹੈਗਾ। ਅਗਰ ਤੁਹਾਨੂੰ ਦੂਸਰੇ ਤੀਸਰੇ ਮਹੀਨੇ ਤੋਂ ਇਨਕਮ ਸ਼ੁਰੂ ਹੋਣ ਲੱਗ ਜਾਏਗੀ ਵੀ ਤੁਹਾਡਾ ਮਨ ਕਿਤੇ ਨਾ ਕਿਤੇ ਗਏਗਾ ਵੀ ਅੱਗੇ ਜਾ ਕੇ ਹੋ ਸਕਦੀ ਹੈ, ਵੀ ਇਹ ਛੇਤੀ ਛੇਤੀ ਡੁੱਬਦਾ ਨਹੀਂ। ਹੁਣ ਫਿਰ ਤੁਸੀਂ ਜਿਹੜਾ ਤੁਹਾਡੇ ਕੋਲ ਡਿਲੀਵਰੀ ਜਾਂਦੀ ਆ, ਜੋ ਵੀ ਤੁਸੀਂ ਪ੍ਰੋਡਕਟ ਬਣਾਉਂਦੇ ਹੋ, ਚਾਹੇ ਘੀ ਆ ਚਾਹੇ ਉਹ ਪਨੀਰ ਆ, ਕਿੱਥੋਂ ਕਿੱਥੋਂ ਤੱਕ ਇਹਨੂੰ ਫੈਲਾ ਚੁੱਕੇ ਹੋ ਤੁਸੀਂ? ਸਰ ਇੰਡੀਆ ਦੇ ਵਿੱਚ ਅਸੀਂ ਬਹੁਤ ਦੂਰ ਦੂਰ ਫੈਲਾ ਚੁੱਕੇ ਹਾਂ, ਜਿਵੇਂ ਕੇਰਲਾ ਵਿੱਚ ਵੀ ਸਾਡਾ ਜਿਹੜਾ ਘੀ ਹੈ ਉਹ ਗਿਆ, ਬਾਕੀ ਪੰਜਾਬ ਦੇ ਵਿੱਚ ਵੀ ਗਿਆ, ਮਤਲਬ ਡੇਰਾ ਬੱਸੀ ਦੇ ਵਿੱਚ ਗਿਆ, ਹੋਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ, ਅੰਮ੍ਰਿਤਸਰ ਸੋਰੀ ਪੰਜਾਬ ਦੇ ਵਿੱਚ ਜਿਹੜਾ ਉਹ ਹੈ ਉਸਦੇ ਵਿੱਚ ਵੀ ਗਿਆ। ਤਾਂ ਐਵੇਂ ਹੋਰ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰੇ ਸਾਰੇ ਜਿਹੜੇ ਇੰਡੀਆ ਦੇ ਕੋਨੇ ਉਹਨਾਂ ਤੱਕ ਪਹੁੰਚਾਈਏ। ਦੇਖੋ ਭਾਈ, ਇੱਕ ਗੱਲ ਤਾਂ ਹੈ, ਇਹ ਭੈਣਾਂ ਦਾ ਆਪਸੀ ਪਿਆਰ ਬਹੁਤ ਵਧੀਆ, ਔਰ ਇਹ ਛੋਟੀਆਂ ਛੋਟੀਆਂ ਬੱਚੀਆਂ ਨੇ, ਇਹਨਾਂ ਦੀ ਉਮਰ ਮਹਿਜ਼ ਕੁਛ ਵੀ ਨਹੀਂ ਹੈ, ਕਿਉਂਕਿ ਇੱਧਰ ਅਜੇ 10ਵੀਂ ਦੇ ਪੇਪਰ ਦੇਣੇ ਨੇ, ਇੱਧਰ ਪਲੱਸ ਵਨ ਚੱਲਦੀ ਹੈ। ਅਤੇ ਤੁਸੀਂ ਦੇਖੋ ਵੀ ਜਦੋਂ ਮੇਰੇ ਖਿਆਲ ਇਹਨਾਂ ਨੇ ਕੰਮ ਸ਼ੁਰੂ, ਉਦੋਂ 7ਵੀਂ 'ਚ ਸੀਗੇ ਤੁਸੀਂ, ਉਦੋਂ 7ਵੀਂ 'ਚ ਸੀਗੇ ਅਤੇ ਇਹਨਾਂ ਨੇ ਉਦੋਂ ਕੰਮ ਸ਼ੁਰੂ ਕੀਤਾ ਸੀ। ਸੋ ਚੰਗੀ ਮੱਤ ਕਹਿੰਦੇ ਵੀ ਜਦੋਂ ਆ ਜਾਂਦੀ ਆ ਨਾ, ਉਦੋਂ ਬਹੁਤ ਕੁਛ ਚੰਗਾ ਹੋ ਜਾਂਦਾ। ਇੱਕ ਤੀਜੇ ਚੁਬਾਰੇ 'ਤੇ ਤੁਸੀਂ ਇੱਕ ਬੱਕਰੀ ਰੱਖੀ ਸੀ, ਉਸ ਤੋਂ ਬਾਅਦ ਇਹ ਫਾਰਮ ਬਣਾਇਆ ਔਰ ਨਾਲ ਬਿਜ਼ਨਸ ਸ਼ੁਰੂ ਕੀਤਾ। ਮਨ ਅੱਜ ਸਮਝਦੇ ਹੋ ਵੀ ਆਪਾਂ ਇੱਕ ਚੰਗੀ ਸ਼ੁਰੂਆਤ ਕੀਤੀ ਸੀ ਔਰ ਆਪਣੀ ਮਿਹਨਤ ਸਦਕਾ ਇੱਥੋਂ ਤੱਕ ਪਹੁੰਚ ਗਏ? ਹੁਣ ਜਦੋਂ ਬਿਜ਼ਨਸ ਅੱਛੀ ਤਰ੍ਹਾਂ ਰਨ ਹੋ ਰਿਹਾ, ਫਿਰ ਤਾਂ ਅਸੀਂ ਹੁਣ ਐਕਚੁਅਲੀ ਸਾਨੂੰ ਉਦੋਂ ਨਹੀਂ ਪਤਾ ਸੀ ਵੀ ਅਸੀਂ ਬਿਜ਼ਨਸ ਕਰਨਾ, ਸੋ ਇਸ ਕਰਕੇ ਅਸੀਂ ਬਸ ਕਰਦੇ ਰਹੇ, ਮਿਹਨਤ ਕਰਦੇ ਰਹੇ, ਕਿਉਂਕਿ ਛੋਟੇ ਸੀ, ਨਹੀਂ ਸਮਝ ਸੀ ਵੀ ਅੱਗੇ ਕੀ ਹੋਣਾ ਕੀ ਨਹੀਂ। ਸਾਨੂੰ ਬਸ ਇੱਕ ਚੀਜ਼ ਦਿਖਦੀ ਸੀ ਵੀ ਇਹ ਬੱਕਰੀ ਪਈ ਹੈ, ਇਹਨੇ ਪਾਣੀ ਪੀਣਾ ਤਾਂ ਅਸੀਂ ਦੇਣਾ ਇਹਨੂੰ ਪਾਣੀ। ਤਾਂ ਉਹ ਮਿਹਨਤ ਕਰਦੇ ਗਏ, ਹੁਣ ਅੱਗੇ ਆ ਕੇ ਸਫਲ ਹੋ ਰਹੇ ਹਾਂ, ਖੁਸ਼ੀ ਹੁੰਦੀ ਹੈ ਵੀ ਚਲੋ ਛੋਟੇ ਹੁੰਦੇ ਹੀ ਸਹੀ ਰਾਹੇ ਪੈ ਗਏ, ਨਹੀਂ ਤਾਂ ਮੋਸਟ ਆਫ ਦਾ ਜਿਹੜੇ ਬੱਚੇ ਹੁੰਦੇ ਨੇ ਉਹ ਆਪਣਾ ਟਾਈਮ ਐਂ ਵਿਹਲਾ ਸਪੈਂਡ ਕਰ ਦਿੰਦੇ ਵੀ ਸਾਨੂੰ ਇੱਕ ਕੰਮ ਮਿਲਿਆ ਹੋਇਆ ਸੀ ਜਿਹੜਾ ਅੱਗੇ ਆ ਕੇ ਸਾਨੂੰ ਇਨਕਮ ਜਨਰੇਟ ਕਰ ਰਿਹਾ। ਅੱਛਾ, ਇੱਕ ਗੱਲ ਹੈ ਵੀ ਜਿੱਥੇ ਅੱਜ ਕੱਲ੍ਹ ਦਾ, ਆ ਜਾਓ ਬੇਟਾ, ਜਿੱਥੇ ਅੱਜ ਕੱਲ੍ਹ ਦੀਆਂ ਕੁੜੀਆਂ ਹੋਣ ਚਾਹੇ ਮੁੰਡੇ ਹੋਣ, ਉਹਨਾਂ ਨੂੰ ਇੰਸਟਾਗ੍ਰਾਮ ਤੋਂ ਵਿਹਲ ਨਹੀਂ, ਉੱਥੇ ਇਹਨਾਂ ਕੁੜੀਆਂ ਨੇ ਇੱਕ ਵਧੀਆ ਬਿਜ਼ਨਸ ਸੈਟਅਪ ਕਰਕੇ ਆਪਣੇ ਮਾਂ ਬਾਪ ਦਾ ਵੀ ਨਾਮ ਚਮਕਾਇਆ ਅਤੇ ਆਪਣਾ ਵੀ ਨਾਮ ਚਮਕਾਇਆ। ਇੰਸਟਾਗ੍ਰਾਮ 'ਤੇ ਮੁੰਡੇ ਕੁੜੀਆਂ ਰੀਲਾਂ ਤਾਂ ਬਣਾਉਂਦੇ ਆ ਵੀ ਸਾਨੂੰ ਦੁਨੀਆ ਵੇਖੇ ਅਤੇ ਸਾਨੂੰ ਦੁਨੀਆ ਦੇ ਵਿੱਚ ਅਸੀਂ ਵਾਇਰਲ ਹੋਈਏ, ਅਸੀਂ ਚਰਚਾ ਆਪਣੀ ਕਰਵਾਈਏ, ਹੈ ਨਾ। ਅਤੇ ਇਹਨਾਂ ਨੇ ਵੀ ਕੰਮ ਉਹੀ ਕੀਤਾ, ਪਰ ਗੱਲ ਇਹ ਵੀ ਇਹਨਾਂ ਨੇ ਮਿਹਨਤ ਕੀਤੀ ਆ ਔਰ ਮਿਹਨਤ ਦੇ ਨਾਲ ਹੁਣ ਇੱਧਰਲੇ ਪਾਸੇ ਵੀ ਜਿਹੜਾ ਪੂਰਾ ਫਾਰਮ ਹੈ ਆਪਾਂ ਇਹਨਾਂ ਨੂੰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ। ਬੇਟਾ ਇੱਧਰ ਆ ਜਾਓ, ਜਿਵੇਂ ਅੱਜ ਦੇ ਸਮੇਂ ਦੀ ਜੇ ਆਪਾਂ ਮਨਾ ਗੱਲ ਕਰ ਲਈਏ, ਅੱਜ ਕੱਲ੍ਹ ਕੁੜੀਆਂ ਸੋਚਦੀਆਂ ਵੀ ਰੀਲਾਂ ਬਣਾ ਲਈਏ ਫਟਾਫਟ ਵੀ ਵਾਇਰਲ ਹੋ ਜਾਈਏ, ਤੁਹਾਨੂੰ ਤਾਂ ਸਮਝ ਨਹੀਂ ਮਿਲਦਾ ਹੁਣ ਧਿਆਨ ਹੀ ਨਹੀਂ ਜਾਂਦਾ ਉੱਧਰ? ਹੁਣ ਕੰਮ ਹੀ ਇੰਨਾ ਹੋ ਗਿਆ ਜੀ, ਧਿਆਨ ਜਾਂਦਾ ਹੀ ਨਹੀਂ। ਪਹਿਲਾਂ ਜਾਂਦਾ ਸੀ, ਫਿਰ ਅਸੀਂ ਮਤਲਬ ਇੱਧਰ ਹੀ ਗੋਟ ਫਾਰਮਿੰਗ ਦੇ ਰਿਲੇਟਿਡ ਦੇਖਣਾ ਸ਼ੁਰੂ ਕਰਤਾ ਤਾਂ ਹੌਲੀ ਹੌਲੀ ਡਾਇਵਰਟ ਹੋ ਗਿਆ। ਉਹ ਤਾਂ ਤੇਰੀ ਤਾਂ ਉਮਰ ਥੋੜ੍ਹੀ ਘੱਟ ਆ ਜੇ, ਮਤਲਬ ਹੁੰਦਾ ਕਦੀ ਕਦੀ ਵੀ ਇੰਨੀਆਂ ਕੁੜੀਆਂ ਇੰਸਟਾ 'ਤੇ ਰੀਲਾਂ ਬਣਾਉਂਦੀਆਂ ਨੇ, ਵਾਇਰਲ ਹੁੰਦੀਆਂ ਨੇ, ਮਤਲਬ ਉਸ ਟਾਈਮ 'ਤੇ ਆਉਂਦਾ ਸੀ ਕਦੀ ਮਨ? ਨਹੀਂ ਸਰ, ਅਸੀਂ ਇੰਸਟਾਗ੍ਰਾਮ ਹੀ ਨਹੀਂ ਚਲਾਉਂਦੇ। ਨਵੀਂ ਗੱਲ ਸੁਣ ਲਈ ਵੀ ਕੁੜੀਆਂ ਕਹਿੰਦੇ ਇੰਸਟਾਗ੍ਰਾਮ ਚਲਾਉਂਦੀਆਂ ਨੇ, ਗੱਲ ਹੀ ਮੁਕਾਤੀ। ਸੋ ਗੱਲ ਧਿਆਨ ਦੀ ਹੁੰਦੀ ਆ ਵੀ ਧਿਆਨ ਕਿੱਥੇ ਲਾਉਣਾ ਅਤੇ ਕਿਹੜੇ ਪਾਸੇ ਲਾਉਣਾ। ਜਦੋਂ ਤੁਸੀਂ ਇੱਧਰ ਤਿਆਰੀ ਕਰਦੇ ਹੁੰਦੇ ਸੀ, ਮਤਲਬ ਕੀ ਕੁਛ ਦੇਖਦੇ ਸੀ, ਕੀ ਕੁਛ ਪੜ੍ਹਦੇ ਸੀ ਵੀ ਤੁਹਾਨੂੰ ਚੰਗੀਆਂ ਚੀਜ਼ਾਂ ਦਾ ਪਤਾ ਲੱਗੇ? ਸਰ ਪਹਿਲਾਂ ਇਹਦੇ ਬਾਰੇ ਅਸੀਂ ਮੋਟੀਵੇਟਨਲ ਵੀਡੀਓ ਦੇਖਦੇ ਹਾਂ ਵੀ ਖੁਦ ਮੋਟੀਵੇਟ ਹੋਈਏ ਤਾਂ ਹੀ ਬਿਜ਼ਨਸ ਰਨ ਕਰ ਸਕਾਂਗੇ। ਅਤੇ ਬਾਕੀ ਇਸਦੇ ਵਿੱਚ ਗੋਟ ਫਾਰਮਿੰਗ ਦੇ ਵਿੱਚ ਅਸੀਂ ਜਿਵੇਂ ਸ਼ੈੱਡ ਦੇ ਜਿਹੜਾ ਮਾਈਂਡ ਮੈਪ ਬਣਾਇਆ ਵੀ ਉਹਦਾ ਕਿਵੇਂ ਨਕਸ਼ਾ ਹੋਏਗਾ ਉਸ ਬਾਰੇ ਅਸੀਂ ਗੱਲ ਕੀਤੀ ਦੋਨਾਂ ਨੇ। ਬਾਕੀ ਬਰੀਡ 'ਤੇ ਅਸੀਂ ਪੂਰੀ ਜਾਣਕਾਰੀ ਲਿੱਤੀ। ਅਤੇ ਸੱਚ ਇੰਸਟਾਗ੍ਰਾਮ ਦੇ ਵਿੱਚ ਸਾਡੀ ਦੋਨਾਂ ਦੀ ਆਈਡੀ ਨਹੀਂ ਹੈਗੀ, ਸਾਡਾ ਜਿਹੜਾ ਫਾਰਮ ਹੈ ਸਿਰਫ ਉਸਦੀ ਆਈਡੀ ਹੈ india.gmf, ਉਸ 'ਤੇ ਅਸੀਂ ਸਿਰਫ ਫਾਰਮ ਦੀ ਰੀਲ ਹੀ ਪਾਉਂਦੇ ਹਾਂ। ਅੱਛਾ, ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਦੋਵੇਂ ਭੈਣਾਂ ਆਪਸ 'ਚ, ਦੋ ਭੈਣਾਂ ਇਕੱਠੀਆਂ ਹੋ ਜਾਂਦਾ ਭਾਵੇਂ ਵਿਆਹ ਤੋਂ ਪਹਿਲਾਂ ਅਤੇ ਭਾਵੇਂ ਵਿਆਹ ਤੋਂ ਬਾਅਦ,
ਉਹਨਾਂ ਦੀ ਆਪਸ 'ਚ ਚਰਚਾ ਇਹੋ ਜਿਹੀ ਹੁੰਦੀ ਹੈ, ਭੈਣ ਸੂਟ ਲੈ ਲਈਏ, ਭੈਣ ਜੀਨ ਟੌਪ ਲੈ ਲਈਏ, ਤੁਹਾਡੀ ਆਪਸੀ ਚਰਚਾ ਕਿਹੋ ਜਿਹੀ ਹੁੰਦੀ ਹੈ? ਇੱਦਾਂ ਦੀ ਤਾਂ ਨਹੀਂ ਹੁੰਦੀ ਓਬਵੀਅਸਲੀ, ਸਾਡੀ ਬਸ ਜਿਵੇਂ ਫਾਰਮ ਦੇ ਰਿਲੇਟਿਡ ਵੀ ਕਿਹੜੀ ਗੋਡ ਠੀਕ ਹੈ ਕਿਹੜੀ ਨਹੀਂ ਠੀਕ, ਬਾਕੀ ਥੋੜ੍ਹਾ ਬਹੁਤਾ ਪੜ੍ਹਾਈ ਦੇ ਰਿਲੇਟਿਡ, ਕਿਉਂਕਿ ਮੈਂ ਇਹਨਾਂ ਤੋਂ ਇੱਕ ਕਲਾਸ ਵੱਡੀ ਹਾਂ, ਇਹਨਾਂ ਨੂੰ ਕੁਛ ਨਹੀਂ ਸਮਝ ਆ ਰਿਹਾ ਤਾਂ ਮੈਨੂੰ ਪੁੱਛ ਲੈਂਦੇ ਆ, ਬਾਕੀ ਕਾਪੀਜ਼ ਵਗੈਰਾ ਮਤਲਬ ਸਾਰੀ ਨੋਰਮਲ ਨੋਰਮਲ, ਕਿਉਂਕਿ ਅਸੀਂ ਜ਼ਿਆਦਾ ਸੋਸ਼ਲ ਮੀਡੀਆ ਵੀ ਨਹੀਂ ਦੇਖਦੇ, ਤਾਂ ਜੀਨ ਟੌਪ ਵਾਲੇ ਤਾਂ ਬਿਲਕੁਲ ਨਹੀਂ ਹੁੰਦੀ, ਫਾਰਮ ਦੇ ਰਿਲੇਟਿਡ ਹੁੰਦੀ ਹੈ, ਪੜ੍ਹਾਈ ਦੇ ਰਿਲੇਟਿਡ ਹੁੰਦੀ ਹੈ। ਮੈਂ ਇੱਕ ਚੀਜ਼ ਵੇਖੀ ਵੀ, ਤੁਸੀਂ ਇੱਕ ਦੂਜੇ ਨੂੰ ਇੱਜ਼ਤ ਬਹੁਤ ਦਿੰਦੇ ਹੋ, ਇਹ ਸ਼ੁਰੂ ਤੋਂ ਹੀ ਹੈ ਜਾਂ ਕਿਵੇਂ? ਇਹ ਸਾਨੂੰ ਸਾਡੀ ਸਾਰੀ ਫੈਮਿਲੀ 'ਚ ਸ਼ੁਰੂ ਤੋਂ ਹੀ ਆਦਤ ਬਣੀ ਹੋਈ ਹੈ ਵੀ ਚਾਹੇ ਕੋਈ ਛੋਟਾ ਹੈ ਚਾਹੇ ਕੋਈ ਬੜਾ ਹੈ ਉਸਨੂੰ ਵੀਰਾ ਜਾਂ ਦੀਦੀ ਕਹਿ ਕੇ ਇਹਨਾਂ ਨੇ ਕਹਿ ਕੇ ਵੀ ਤੂੰ ਨਹੀਂ ਕਰਨੀ, ਵੀ ਇੱਜ਼ਤ ਦੇ ਕੇ ਬੁਲਾਉਣਾ। ਇੱਜ਼ਤ ਦੇ ਕੇ ਬੁਲਾਉਣਾ, ਵੇਖੋ ਜੀ ਇਹ ਤਾਂ ਸੰਸਕਾਰ ਜਿਹੜੇ ਹੁੰਦੇ ਨੇ ਨਾ ਇਹ ਮਾਂ ਬਾਪ ਤੋਂ ਮਿਲਦੇ ਨੇ, ਪਰਿਵਾਰ ਤੋਂ ਮਿਲਦੇ ਨੇ, ਔਰ ਇਹਨਾਂ ਛੋਟੀਆਂ ਦੋਵਾਂ ਭੈਣਾਂ ਨੇ ਐਡਾ ਵਧੀਆ ਕੰਮ ਸ਼ੁਰੂ ਕੀਤਾ ਔਰ ਚੰਗੇ ਪਾਸੇ ਆਪਣਾ ਦਿਮਾਗ ਲੜਾਇਆ। ਅੱਛਾ, ਇਹਨੂੰ ਤੁਸੀਂ ਸਾਰੇ ਨੂੰ ਜਦੋਂ ਡਿਜ਼ਾਈਨ ਕੀਤਾ ਸੀ, ਤੁਸੀਂ ਪਹਿਲਾਂ ਇਹਨੂੰ ਕਿਤੇ ਪੇਪਰ ਕਾਪੀ 'ਤੇ ਵੀ ਬਣਾਇਆ ਹੋਣਾ ਵੀ ਇੱਥੋਂ ਐਂ ਨਹੀਂ, ਇੱਥੋਂ ਆਪਾਂ ਰਸਤਾ ਦੇਵਾਂਗੇ, ਇੱਥੋਂ ਵੈਂਟੀਲੇਸ਼ਨ ਲਈ ਕੱਢਾਂਗੇ, ਇਵੇਂ ਦਾ ਪਲਾਨ ਕੀਤਾ ਸੀ ਤੁਸੀਂ? ਸਰ, ਜਦੋਂ ਅਸੀਂ ਇਸ ਨੂੰ ਡਿਜ਼ਾਇਨ ਕੀਤਾ ਸੀ ਅਸੀਂ ਸਿਰਫ ਇਸਦਾ ਮੋਟਾ ਮੋਟਾ ਸਟਰਕਚਰ ਬਣਾਇਆ ਸੀ, ਬਾਕੀ ਅੱਗੇ ਬਣਾਉਂਦੇ ਗਏ ਫਿਰ ਦਿਮਾਗ 'ਚ ਆਇਆ ਵੀ ਆਪਾਂ ਨੂੰ 3 ਦਰਵਾਜ਼ੇ ਰੱਖਣੇ ਚਾਹੀਦੇ ਆ, ਇੱਕ ਖਾਨੇ ਦੇ ਵਿੱਚ ਵੀ ਇੱਧਰ ਵੀ ਆ ਸਕੀਏ ਇੱਧਰ ਵੀ। ਬਾਕੀ ਜਦੋਂ ਅਸੀਂ ਖੁਰਲੀ ਤਿਆਰ ਕੀਤੀ ਤਾਂ ਉਦੋਂ ਦੇਖਿਆ ਵੀ ਇੱਕ ਪਰਮਾਨੈਂਟ ਕਰੀਏ ਜਿਹਦੇ ਵਿੱਚ ਨਾ ਬੈਕਟੀਰੀਆ ਲੱਗੇ ਅਤੇ ਸਮੂਥ ਸਫਾਈ ਹੋਵੇ, ਤਾਂ ਨਾਲ ਕੈਲਸ਼ੀਅਮ ਵੀ ਚੂਨਾ ਉਹਨਾਂ ਨੂੰ ਅਸੀਂ ਦਿੰਦੇ ਹਾਂ, ਉਹਨਾਂ ਨਾਲ ਕੈਲਸ਼ੀਅਮ ਮਿਲਦੀ ਹੈ ਉਹ ਵੀ ਹੋਏ, ਤਾਂ ਫਿਰ ਐਵੇਂ ਦਿਮਾਗ 'ਚ ਵੀ ਸਮਿੰਟ ਦੀ ਖੁਰਲੀ ਬਣਾ ਲੈਂਦੇ ਹਾਂ, ਤਾਂ ਐਨ ਟਾਈਮ 'ਤੇ ਸਾਡੇ ਦਿਮਾਗ 'ਚ ਆਉਂਦਾ ਰਿਹਾ। ਉਵੇਂ ਹੀ ਅਸੀਂ ਇਸ ਨੂੰ ਡਿਜ਼ਾਈਨ ਨਹੀਂ ਕੀਤਾ ਸੀ, ਸਿਰਫ ਮੋਟਾ ਮੋਟਾ ਇਹਦਾ ਸਟਰਕਚਰ ਬਣਾਇਆ ਸੀ। ਇਹ ਖੁਰਲੀ ਦੇ ਵਿੱਚ ਖਾਸੀਅਤ ਕੀ ਹੈ ਮਨਤ? ਇਹ ਜਿਹੜੀ ਖੁਰਲੀ ਹੈ ਜੀ, ਇੱਕ ਤਾਂ ਦੇਖੋ ਲੰਬੀ ਦੀ ਲੰਬੀ ਹੈ, ਸਫਾਈ 'ਚ ਬਹੁਤ ਆਸਾਨੀ ਹੁੰਦੀ ਹੈ। ਐਕਚੁਲੀ ਸਾਡਾ ਮੰਨਣਾ ਇਹ ਹੈ ਵੀ ਜਿਹੜੇ ਫਾਰਮ 'ਤੇ ਲੇਬਰ ਘੱਟ ਲੱਗੇ ਨਾ, ਲੇਬਰ ਵੀ ਖੁਸ਼ ਰਹਿੰਦੀ ਹੈ ਅਤੇ ਐਨੀਮਲਸ ਵੀ ਖੁਸ਼ ਰਹਿੰਦੇ ਨੇ। ਸੋ ਇਹ ਜਿਹੜੀ ਖੁਰਲੀ ਹੈ, ਇੱਕ ਤਾਂ ਜਿਵੇਂ ਹੁਣ ਮੌਸਮ ਮੀਂਹ ਵਾਲਾ ਚੱਲ ਰਿਹਾ ਤਾਂ ਥੋੜ੍ਹੀ ਜਿਹੀ ਸਲਾਬ ਹੈ ਵਿੱਚ, ਜਦੋਂ ਧੁੱਪ ਨਿਕਲ ਜਾਂਦੀ ਹੈ ਅਸੀਂ ਇਹਨੂੰ ਪ੍ਰੋਪਰਲੀ ਝਾੜੂ ਮਾਰ ਕੇ ਬ੍ਰਸ਼ ਮਾਰ ਕੇ ਧੋ ਦਿੰਦੇ ਹਾਂ, ਉਸ ਤੋਂ ਬਾਅਦ ਇਸ 'ਤੇ ਜਿਹੜਾ ਚੂਨਾ ਹੁੰਦਾ ਉਹਦਾ ਪੇਸਟ ਫੇਰ ਦਿੰਦੇ ਹਾਂ, ਕਿਉਂਕਿ ਉਹ ਕੈਲਸ਼ੀਅਮ ਦਾ ਬਹੁਤ ਵਧੀਆ ਸਰੋਤ ਆ ਇਹਨਾਂ ਵਾਸਤੇ, ਸੋ ਇਹਨਾਂ 'ਚ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ। ਬਾਕੀ ਇਸ 'ਚ ਜਿਵੇਂ ਕੋਈ ਖਲ ਖੁੰਜਾ ਹੈ ਹੀ ਨਹੀਂ ਤਾਂ ਕੁਛ ਮਤਲਬ ਫਸਦਾ ਨਹੀਂ ਵਿੱਚ। ਅੱਛਾ, ਇਹ ਚੀਜ਼ ਦੱਸੋ ਵੀ ਤੁਹਾਨੂੰ ਇਹਨਾਂ ਨਾਲ ਸਾਰਿਆਂ ਨਾਲ, ਇਹ ਤਾਂ ਹੁਣ ਇੱਕ ਫੈਮਿਲੀ ਮੈਂਬਰ ਹੋ ਗਏ, ਕਿੰਨਾ ਕੁ ਪਿਆਰ ਆਉਂਦਾ, ਕਿੰਨਾ ਕੁ ਮੋਹ ਆਉਂਦਾ ਜਦੋਂ ਇਹਨਾਂ 'ਚੋਂ ਕੋਈ ਢਿੱਲਾ ਹੋ ਜਾਵੇ, ਜਾਂ ਤੁਸੀਂ ਕਿਤੇ ਵੈਸੇ ਤਾਂ ਤੁਹਾਨੂੰ ਜਾਣਦਾ ਵਾਂਡਾ ਵੁੰਡਾ ਤਾਂ ਭੁੱਲ ਹੀ ਗਏ ਤੁਸੀਂ, ਵਾਂਡਾ ਮਤਲਬ ਕਿਤੇ ਰਿਸ਼ਤੇਦਾਰੀ 'ਤੇ ਜਾਣਾ ਆਉਣਾ? ਸਰ, ਛੁੱਟੀਆਂ ਦੇ ਵਿੱਚ ਅਸੀਂ ਥੋੜ੍ਹੇ ਟਾਈਮ ਲਈ ਜਾਂਦੇ ਹਾਂ, ਕਿਉਂਕਿ ਮਿਲਣਾ ਤਾਂ ਚਾਹੀਦਾ ਹੀ ਹੈ ਰਿਸ਼ਤੇਦਾਰਿਆਂ ਨੂੰ, ਤਾਂ ਉਸ ਲਈ ਜਾਂਦੇ ਹਾਂ, ਬਾਕੀ ਸਵੇਰੇ ਤਾਂ ਸਾਡਾ ਇੱਥੇ ਹੀ ਹੁੰਦਾ ਗੇੜਾ। ਅੱਛਾ, ਇੱਥੇ ਮਤਲਬ ਜਾਣਾ ਆਉਣਾ ਵੀ ਜ਼ਰੂਰੀ ਆ, ਪਰ ਇਹ ਸਭ ਤੋਂ ਪਹਿਲਾਂ ਨੇ, ਰਿਸ਼ਤੇਦਾਰਾਂ ਨੂੰ ਵੀ ਇੰਪੋਰਟੈਂਸ ਦੇਣੀ ਆ, ਫਿਰ ਉਹ ਕਹਿੰਗੇ ਤੁਸੀਂ ਬੜੇ ਹੋ ਗਏ ਜੀ, ਤੁਸੀਂ ਸਾਡੇ ਲਈ ਤਾਂ ਬੱਚੇ ਹੀ ਹੋ, ਇਸ ਕਰਕੇ। ਅੱਛਾ, ਇਸ ਕਰਕੇ ਇਧਰ ਇਧਰ ਆ ਜਾਓ, ਬਸ ਬਸ ਠੀਕ ਹੈ ਜੀ। ਅੱਛਾ, ਇਹ ਇੱਕ ਚੀਜ਼ ਹੋਰ ਦੱਸਿਓ, ਮੈਂ ਇਹ ਪੁੱਛਣੀ ਚਾਹੁੰਦਾ ਵੀ ਤੁਸੀਂ ਜਿਵੇਂ ਰਿਸ਼ਤੇਦਾਰਾਂ ਦੀ ਗੱਲ ਕੀਤੀ ਵੀ ਉਹਨਾਂ ਨਾਲ ਵੀ ਮਿਲ ਗਏ, ਹੁਣ ਤਾਂ ਰਿਸ਼ਤੇਦਾਰਾਂ ਦਾ ਕਦੀ ਉਹਨਾਂ ਨੂੰ ਲੋੜ ਪੈ ਜਾਵੇ ਤਾਂ ਉਹ ਕਹਿੰਦੇ ਨੇ ਵੀ ਆਪਣੀਆਂ ਹੀ ਕੁੜੀਆਂ ਦਾ ਫਾਰਮ ਹੈ, ਚੱਲਦੇ ਹੋ ਉੱਥੇ? ਹਾਂਜੀ ਬਿਲਕੁਲ, ਜਿਵੇਂ ਹੁਣ ਦੂਰ ਦੂਰ ਤੋਂ ਰਿਸ਼ਤੇਦਾਰ ਆਉਂਦੇ ਨੇ, ਇਹ ਖੁੱਲ੍ਹੀ ਜਗ੍ਹਾ ਹੈ ਤਾਂ ਮਤਲਬ ਖੇਤਾਂ ਦੇ ਵਿੱਚ ਜਗ੍ਹਾ ਹੈ, ਉਰੇ ਮਨ ਬਹੁਤ ਲੱਗਦਾ, ਸੋ ਜਿਵੇਂ ਹੁਣ ਘਰ ਇਕੱਠੇ ਹੋ ਗਏ ਤਾਂ ਵਿਹਲੇ ਹਾਂ ਤਾਂ ਉਰੇ ਆ ਜਾਓ, ਉਰੇ ਖੇਡ ਲਓ, ਬੱਚੇ ਸਾਰੇ ਇਕੱਠੇ ਹੋ ਜਾਂਦੇ ਉਰੇ ਖੇਡ ਲੈਂਦੇ ਹਾਂ। ਈਵਨ ਕਿ ਕਈ ਮਤਲਬ ਅਸੀਂ ਚਾਰੋਂ ਜਿਹੜੀ ਸਿਸਟਰਸ ਆ ਉਹ ਤਾਂ ਉਰੇ ਤੋਂ ਨਿਕਲਦੇ ਹੀ ਨਹੀਂ, ਅਸੀਂ ਮਤਲਬ ਕਿਤੇ ਕਿਸੇ ਨੂੰ ਪਿਆਰ ਕਰ ਲਿਆ, ਈਵਨ ਕਿ ਉਸਦਾ ਨਾਮ ਵੀ ਰੱਖੇ ਹੋਏ ਨੇ ਸਭ ਦੇ। ਅੱਛਾ, ਮੈਨੂੰ ਦੱਸੋ ਕਿਹਦਾ ਕਿਹਦਾ ਕੀ ਨਾਮ ਹੈ, ਜਾਂ ਵੈਸੇ ਦੱਸ ਦਿਓ ਆਹ ਜਿਹੜੇ ਦੋ ਨੇ ਇਹਨਾਂ ਦਾ ਕੀ ਨਾਮ ਹੈ? ਇਹਦਾ ਨਾਮ ਵਰਸ਼ਾ ਹੈ, ਉਹਦਾ ਨਾਮ ਚਤਰੋ ਹੈ। ਤੁਹਾਡਾ ਭਲਾ ਹੋ ਜੇ, ਇਹਨੂੰ ਚਤਰੋ ਕਿਉਂ ਕਹਿੰਦੇ ਇਗਨੋਰ?
ਸਰ ਬਹੁਤ ਤੇਜ਼ ਹੈ ਆਪਣੇ ਆਪ, ਕਈ ਵਾਰ ਗੁੰਡੀ ਖੋਲ੍ਹ ਕੇ ਆ ਜਾਂਦੀ ਹੈ ਜਾਂ ਹੱਥ 'ਚ ਨਹੀਂ ਆਉਂਦੀ, ਤਾਂ ਇਹਦੀ ਸਿਸਟਰ ਦਾ ਨਾਮ ਮਤਰੋ ਰੱਖਿਆ ਹੋਇਆ, ਇਹਦਾ ਨਾਮ ਚਤਰੋ ਰੱਖਿਆ ਆ। ਅੱਛਾ, ਅਤੇ ਇਹਦਾ ਨਾਂ ਚਤਰੋ ਲਓ ਵੀ, ਕੁੜੀਆਂ ਨੇ ਨਵਾਂ ਕੰਮ ਕੀਤਾ ਵੀ ਨਾਂ ਵੀ ਰੱਖਿਆ। ਅੱਛਾ, ਹੋਰ ਕਿਹੜੇ ਕਿਹੜੇ ਨਾਮ ਆ? ਇਹਦਾ ਨਾਮ ਦੇਖੋ ਪੁਸ਼ਪਾ ਹੈ। ਪੁਸ਼ਪਾ ਇਹ? ਅੱਛਾ, ਇਹਦਾ ਨਾਂ ਪੁਸ਼ਪਾ ਆ। ਅੱਛਾ, ਇਹ ਮਤਲਬ ਇਹਦਾ ਨਾਂ ਪੁਸ਼ਪਾ ਕਿਉਂ ਰੱਖਿਆ? ਇਹ ਨਾ ਬਹੁਤ ਬਰੇਵ ਹੈ ਐਕਚੁਲੀ। ਜਦੋਂ ਇਹ ਹੋਈ ਸੀ ਨਾ, ਇਹ ਨੋਰਮਲ ਡਿਲੀਵਰੀ ਨਾਲ ਨਹੀਂ ਹੋਈ ਸੀ, ਇਹਨੂੰ ਇਹਦੀ ਮਦਰ ਨੂੰ ਹੋਸਪਿਟਲ ਲੈ ਕੇ ਜਾਣਾ ਪਿਆ ਸੀ, ਤਾਂ ਡਾਕਟਰ ਨੂੰ ਲੱਗਿਆ ਵੀ ਬੱਚਾ ਮਤਲਬ ਮਰ ਚੁੱਕਿਆ ਅੰਦਰ ਹੀ, ਤਾਂ ਉਹਨਾਂ ਨੇ ਨਾ ਇਹਦੇ ਮੂੰਹ 'ਚ ਕੁੰਡੀ ਪਾਈ ਅਤੇ ਫਿਰ ਐਂ ਮਤਲਬ ਜਿਵੇਂ ਡੈਡ ਹੈ ਨਾ, ਤਾਂ ਬਾਹਰ ਕੱਢਣ ਦੀ ਕੋਸ਼ਿਸ਼ ਕਰੀ, ਬਾਹਰ ਕੱਢਿਆ ਤਾਂ ਮਤਲਬ ਇਹ ਅਲਾਈਵ ਸੀ, ਤਾਂ ਇਹਦਾ ਜਬਾੜਾ ਸੀ ਜਿਹੜਾ ਅਗਲਾ ਉਹ ਟੁੱਟ ਗਿਆ, ਤਾਂ ਇਹ ਮਤਲਬ ਬਹੁਤ ਜ਼ਿਆਦਾ ਫਿਰ ਇੱਕ ਇਹਦੇ ਗਲ 'ਚ ਗੱਠ ਬਣ ਗਈ, ਮਤਲਬ ਬਹੁਤ ਜ਼ਿਆਦਾ ਐਂ ਲੱਗਦਾ ਸੀ ਵੀ ਹੁਣ ਮਰਨ ਦੇ ਕੰਢੇ ਆ ਕੇ ਫਿਰ ਬਚ ਗਈ, ਤਾਂ ਸਾਨੂੰ ਫਿਰ ਉਹ ਮੂਵੀ ਯਾਦ ਆ ਗਈ ਸੀ, ਫਿਰ ਅਸੀਂ ਇਹਦਾ ਨਾਮ ਰੱਖਤਾ। ਅੱਛਾ, ਪੁਸ਼ਪਾ ਵੀ ਹੈ। ਅੱਛਾ, ਇੱਕ ਨੂਰ ਇਹਦਾ ਕੀ ਨਾਮ ਰੱਖਿਆ? ਇੱਧਰ ਵਾਲੀ ਦਾ ਨਾਮ ਸਰ ਐਮੀ ਰੱਖਿਆ ਹੋਇਆ। ਉਤੋਂ ਇੰਸਪਾਇਰ ਹੋਏ ਹੋ? ਨਹੀਂ ਨਹੀਂ, ਇਹਦਾ ਨਾਮ ਅਸੀਂ ਵੈਸੇ ਹੀ ਐਮੀ ਰੱਖਿਆ, ਇਹਦਾ ਚੋਕਲੇਟ ਵਰਗਾ ਸ਼ੇਡ ਹੈ ਨਾ, ਇਸ ਕਰਕੇ। ਲਓ ਜੀ, ਚੋਕਲੇਟੀ ਸ਼ੇਡ ਹੈ ਇਸ ਕਰਕੇ ਐਮੀ। ਅਗਲੇ ਪਾਸੇ ਆ ਜਾਓ, ਇੱਕ ਨੂਰ ਇੱਧਰਲੇ ਪਾਸੇ। ਅੱਛਾ, ਇੱਥੇ ਜਿਹੜੇ ਬੱਚੇ ਨੇ ਜਾਂ ਉਹਨਾਂ ਦੇ ਮਦਰ ਸਿਸਟਰ ਨੇ, ਇਹਨਾਂ ਦਾ ਕੀ ਨਾਮ ਆ, ਯਾਦ ਹੈ ਨਾ ਸਾਰਿਆਂ ਦਾ? ਇਹਦਾ ਨਾਮ ਗੁਲਾਬੋ ਹੈ। ਅੱਛਾ, ਇਹਦਾ ਨਾਮ ਗੁਲਾਬੋ ਕਿਉਂ? ਇੱਕ ਗੁਲਾਬੀ ਸਕਿਨ ਦੀ ਸੀ ਜਦੋਂ ਆਈ ਸੀ, ਹੁਣ ਐਕਚੁਅਲੀ ਡਿਲੀਵਰੀ ਦੇ ਕੇ ਹਟੀ ਆ, ਥੋੜ੍ਹੀ ਰਿਕਵਰ ਹੋਏਗੀ। ਫਿਰ ਇਹ ਜਦੋਂ ਇਹ ਮਤਲਬ ਪੂਰੀ ਧੁੱਪ ਨਿਕਲੀ ਹੁੰਦੀ ਆ, ਇਹਨੂੰ ਨਵਾਈ ਧਵਾਈ ਹੁੰਦੀ ਹੈ, ਪਿਓਰ ਗੁਲਾਬੀ ਸਕਿਨ ਦੀ ਹੁੰਦੀ ਹੈ, ਇਸ ਕਰਕੇ ਇਹਦਾ ਨਾਮ ਗੁਲਾਬੋ। ਉਹ ਸਾਨੂੰ, ਅੱਛਾ ਉਹ ਸਾਹਮਣੇ, ਹਾਂਜੀ ਉਹ ਸਾਨੂੰ, ਇਹਨਾਂ ਦੇ ਨਾਮ ਹੈ ਚੈਨੀ, ਮੈਨੀ, ਬਿਨੀ। ਐਕਚੁਅਲੀ ਅਸੀਂ ਰੱਖੇ, ਸਾਡੀ ਸਿਸਟਰ ਨੇ ਰੱਖੇ ਹੋਏ ਹੈ, ਉਹ ਕੈਨੇਡਾ ਤੋਂ ਆਈ ਸੀ, ਕਹਿੰਦੀ ਉੱਥੇ ਇਹ ਨਾਮਸ ਬਹੁਤ ਪਾਪੂਲਰ ਹੈ, ਮੇਰੇ ਸਾਰਿਆਂ ਦਾ ਨਾਮ ਚੈਨੀ, ਬਿਨੀ, ਮੋਗੀ ਰੱਖੇ ਹੋਏ ਹੈ। ਆਹ ਜਿਹੜੀ ਵੱਡੀ ਭੈਣ ਬੈਠੀ ਇੱਧਰ, ਇਹਦਾ ਨਾਮ ਅਸੀਂ ਕੈਟੀ ਰੱਖਿਆ ਹੋਇਆ। ਇਹਦਾ ਨਾਮ ਕੈਟੀ? ਅੱਛਾ, ਕੈਟਰੀਨਾ ਰੱਖਿਆ। ਮੈਂ ਕਹਿੰਦਾ ਵੀ ਕਮਾਲ ਹੀ ਕੀਤੀ ਬਈ ਤੁਸੀਂ ਵੀ, ਨਾਵਾਂ ਵਾਲੀ ਅਤਰੋ, ਚਤਰੋ, ਕਟਰੀਨਾ, ਗੁਲਾਬੋ ਹੈ। ਆਹ ਜਿਹੜੀ ਇੱਧਰ ਵਾਲੇ ਪਾਸੇ ਇੰਡਸਟਰੀ ਹੈ, ਇਹਨਾਂ ਦਾ ਕੀ ਨਾਮ ਰੱਖਿਆ? ਇਹ ਜਮਜਮ ਹੈ, ਇਹ ਜੁਗਨੀ ਹੈ। ਉਹ ਜੁਗਨੀ ਕਹਿੰਦੀ, ਜੁਗਨੀ ਜਾ ਵੜੀ ਪਟਿਆਲੇ, ਉਹ ਜੁਗਨੀ ਹੈ। ਇਹ ਦੋਨੋਂ ਮਦਰ ਡਾਟਰ ਹੈ, ਜਮਜਮ ਐਂਡ ਜੁਗਨੀ। ਅੱਛਾ, ਜਮਜਮ ਤੇ ਜੁਗਨੀ ਹੈ, ਮਤਲਬ ਜੱਜਾ ਹੀ ਰੱਖਿਆ ਫਿਰ। ਤੇ ਉਹ ਪਰਲੀ? ਉਹਦਾ ਨਾਮ ਹੈ ਨੋਰਾ। ਨੋਰਾ ਇਹ ਪਾਕਿਸਤਾਨ ਤੋਂ ਆਈ? ਇਹ ਇਹਦਾ ਨਾਮ ਐਕਚੁਅਲੀ ਅਸੀਂ ਕੁਝ ਸੋਚ ਕੇ ਨਹੀਂ ਰੱਖਿਆ, ਇਹ ਤਾਂ ਬਸ ਸਾਨੂੰ ਪਸੰਦ ਆ ਗਿਆ, ਅਸੀਂ ਐਵੇਂ ਹੀ ਰੱਖਤਾ। ਉਹ ਜਿਹੜੀ ਕਾਲੀ ਚਿੱਟੀ ਜੀ ਆ, ਉਹਦਾ ਨਾਮ ਪਖੰਡੀ ਹੈ। ਉਹ ਐਕਚੁਅਲੀ ਬਾਹਰ ਨਿਕਲ ਆਉਂਦੀ ਹੈ, ਫਿਰ ਪਖੰਡ ਬਹੁਤ ਕਰਦੀ ਹੈ, ਬੋਲਣ ਲੱਗ ਜਾਂਦੀ ਹੈ, ਫਿਰ ਅਸੀਂ ਪਖੰਡੀ ਰੱਖਤਾ। ਇੱਕ ਨੂਰ ਨੂੰ ਪੁੱਛਾਂਗੇ, ਇੱਕ ਨੂਰ ਕਿਉਂ ਪਖੰਡੀ ਕਹਿੰਦੇ ਮੈਨੂੰ? ਸਰ ਇਹੀ ਜਿਵੇਂ ਜਦੋਂ ਇਹ ਬਾਹਰ ਆ ਜਾਂਦੀ ਹੈ ਨਾ, ਉਸ ਤੋਂ ਬਾਅਦ ਜਦੋਂ ਇਹਨੂੰ ਅੰਦਰ ਕਰਦੇ ਕੰਨ ਤੋਂ ਫੜ ਕੇ, ਫਿਰ ਇੰਨੀ ਉੱਚੀ ਉੱਚੀ ਬੋਲਦੀ ਹੈ, ਇੱਕ ਤਾਂ ਉਦੋਂ ਸਾਨੂੰ ਲੱਗਦਾ ਵੀ ਪ੍ਰੋਪਰ ਪਖੰਡ ਕਰ ਰਹੀ ਹੈ ਇਹ। ਪਖੰਡ ਤਾਂ ਕਰੂਗੀ, ਇਹਨੂੰ ਮਾੜਾ ਜਿਹਾ ਬੁਲਾਓ ਤਾਂ ਸਹੀ ਹੈ ਕਰੀ। ਆ ਦੇਖਿਓ, ਫੜਾਂਗਾ। ਹਾਂ ਲਿਆਓ ਲਿਆਓ, ਇੱਧਰ ਲਿਆਓ, ਕੋਲ ਲਿਆਓ, ਇਹਨੂੰ ਫੜੋ ਜਰਾ। ਆਂਦੇ ਇਹ ਪਖੰਡ ਬਹੁਤ ਕਰਦੀ, ਇਹਦਾ ਨਾਮ ਪਖੰਡੀ ਹੈ। ਹਾਂ ਇਹਦਾ ਨਾਮ ਪਖੰਡੀ ਹੈ ਜੀ। ਇਹ ਪਖੰਡੀ ਹੈ ਜੀ, ਇਹਦਾ ਨਾਮ ਰੱਖਿਆ ਇਹਨਾਂ ਨੇ। ਵੇਖੋ ਕਿੱਦਾਂ ਪਰਿਵਾਰ ਵਾਂਗੂ ਰੱਖਿਆ ਹਿਸਾਬ ਤਾਂ। ਬੋਲੇਗੇ ਅੱਜ? ਅੱਜ ਉਹਨੂੰ ਪਤਾ ਨਾ ਕੈਮਰਾ ਆਇਆ, ਮੇਰੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਣਾ। ਹੁਣ ਨਹੀਂ ਬੋਲ ਰਹੀ, ਜਦੋਂ ਬਾਹਰ ਹੁੰਦੀ ਉਦੋਂ ਬੋਲਦੀ ਹੈ ਇਹ। ਦੇਖੋ ਸਿਆਣੀਆਂ ਨੇ, ਉਹਨਾਂ ਦਾ ਇੱਕ ਦਾ ਨਾਮ ਰੁਖਸਾਨਾ ਹੈ, ਦੂਜੀ ਦਾ ਸਨੋਅ ਹੈ। ਲਓ ਜੀ, ਸਨੋਅ ਵੀ ਹੈਗੀ ਆ ਅਤੇ ਰੁਖਸਾਨਾ ਵੀ। ਇਹ ਕਿੱਥੋਂ ਨਾਮ ਪੁਰਦੇ ਤੁਹਾਨੂੰ ਦੋਵਾਂ ਭੈਣਾਂ ਨੂੰ? ਅਸੀਂ ਕੋਈ ਵੀ ਸੀਰੀਅਲ ਦੇਖ ਲਈਏ, ਜਿਵੇਂ ਕੋਈ ਵੈਬ ਸੀਰੀਜ਼ ਦੇਖ ਲਈਏ, ਬਸ ਟਾਈਮ ਘੱਟ ਲੱਗਦਾ, ਪਰ ਫਿਰ ਵੀ ਅਸੀਂ ਜਦੋਂ ਦੇਖ ਲੈਂਦੇ ਹਾਂ ਤਾਂ ਫਿਰ ਉਹ 'ਚੋਂ ਨਾਮ ਸੂਟ ਕਰ ਦਿੰਦੇ ਹਾਂ ਵੀ ਇਹ ਨਾਮ ਸੂਟ ਕਰਦਾ, ਇੱਥੇ ਸੂਟ ਕਰ। ਆਹ ਇੱਧਰ ਟੱਬਰ ਜਿਹੜਾ ਬੈਠਾ ਵੀ ਸ਼ਰੀਫਾਂ ਦਾ ਲੱਗਦਾ ਮੈਨੂੰ। ਇਹ ਸਾਰਾ ਮੇਲ ਸੈਕਸ਼ਨ ਹੈ ਜੀ। ਅੱਛਾ, ਇਹ ਮਤਲਬ ਬੰਦੇ ਦੇ ਵੈਸੇ ਵਿਚਾਰੇ ਬੋਲਦੇ ਨਹੀਂ ਹੈ ਨਾ, ਬੋਲਦੇ ਬਹੁਤ ਹੈ ਮੈਨੂੰ ਪਤਾ, ਇਹ ਤੁਸੀਂ ਬੀਬੀਆਂ ਦੀ ਸਾਈਡ ਲੈਣੀ।
ਅੱਛਾ, ਇਹ ਕੀ ਨਾਮ ਵੀਰ ਹੋਣਾ ਦਾ? ਇਹਨਾਂ ਦੇ ਮਤਲਬ ਅਸੀਂ ਨਾਮ, ਇਹਦਾ ਨਾਮ ਜਿਵੇਂ ਸੂਰਜ ਹੈ, ਇਹਦਾ ਨਾਮ ਫੌਗੀ ਹੈ। ਇਹ ਮਤਲਬ ਬਹੁਤ ਵਧੀਆ ਬਰੀਡਰ ਕੁਆਲਿਟੀ ਮੰਨੀ ਜਾਂਦੀ ਹੈ ਸਾਨੇਨ ਬਰੀਡ ਦੀ। ਇਹ ਮੈਂ ਤੁਹਾਨੂੰ ਅੰਦਰ ਜਾ ਕੇ ਦੱਸਾਂਗੀ। ਆਓ ਆਓ ਆਓ, ਆਪਾਂ ਉਧਰ ਦੀ ਆਉਂਦੇ ਆ। ਉਧਰ ਦੀ ਬੰਦ ਹੈ ਜੀ। ਅੱਛਾ, ਇਧਰ ਦੀ ਆਓ ਜੀ, ਤੁਹਾਨੂੰ ਇੱਕ ਵਾਰੀ ਉਧਰ ਦੀ ਲੈ ਕੇ ਚੱਲਦੇ ਆ। ਇੱਥੋਂ ਹੀ ਆ ਜੀਏ, ਇੱਥੋਂ ਆ ਜਾਓ ਜੀ। ਖੋਲਿਓ, ਆਓ ਜੀ, ਲੰਘ ਜਾਓ, ਮੈਂ ਵੀ ਚੱਲਦਾ। ਆਓ ਜੀ। ਅੱਛਾ, ਇਹਦੇ ਬਾਰੇ ਦੱਸੋ ਸਾਨੂੰ, ਇਹ ਕੀ ਸ਼ੈ ਆ? ਇਹਨੂੰ ਚੱਕ ਹੀ ਲਓ। ਆ ਵੀਰ, ਤੇਰੀ ਫੋਟੋ ਖਿੱਚੀਏ। ਵੀਰ ਹੁਣੀ ਕਿੱਥੇ ਸੁਣਦੇ ਆ, ਦੋ ਸਿੰਘ ਨੇ, ਦੋ ਕੰਨ ਨੇ। ਅੱਛਾ, ਦੱਸੋ ਜੀ ਇਹਦੇ ਬਾਰੇ। ਸਿੰਘ ਦੇਖੋ ਜੀ, ਇਹ ਹੈਗਾ ਆਪਣੇ ਕੋਲ 5.5 ਮਹੀਨੇ ਦਾ। ਇਹਦੇ ਸਿੰਘ ਦੇਖੋ ਤੁਸੀਂ, ਕਿੱਡੇ ਮੋਟੇ ਸਿੰਘ ਆ। ਇਹ ਨਾ ਸਾਨੇਨ ਦੇ ਵਿੱਚ ਸਭ ਤੋਂ ਵਧੀਆ ਕੁਆਲਿਟੀ ਮੰਨੀ ਜਾਂਦੀ ਹੈ। ਹੁਣ 4 ਸਾਲ ਦੀ ਮਿਹਨਤ ਤੋਂ ਬਾਅਦ ਸਾਡੇ ਕੋਲ ਇਹ ਕੁਆਲਿਟੀ ਆਉਣੀ, ਡਿਵੈਲਪ ਹੋਣੀ ਸ਼ੁਰੂ ਹੋ ਗਈ ਹੈ। ਇਹਦੇ ਨਾਲ ਦੇ ਜਿਵੇਂ ਆਹ ਬੱਚਾ ਹੈ ਇਹਦੇ ਨਾਲ ਦਾ ਸਿੰਘਾਂ ਦੇ ਵਿੱਚ, ਹਾਂਜੀ ਆਹ ਵੀ ਆ, ਅਤੇ ਇਹ ਐਕਚੁਲੀ ਮੇਰਾ ਫੇਵਰੇਟ ਹੈ। ਇਹ ਫੇਵਰੇਟ, ਇਹਦਾ ਕੀ ਨਾਮ? ਇਹਦਾ ਨਾਮ ਅਸੀਂ ਰੱਖਿਆ ਹੋਇਆ, ਇਹਦਾ ਨਾਮ ਡਿਸਕਲੋਜ਼ ਨਹੀਂ ਕਰਨਾ। ਐ ਨਾ ਨਾ ਕਰੋ, ਫੇਰ ਤਾਂ ਧੱਕਾ ਹੋ ਗਿਆ। ਉਹਨੇ ਕਹਿਣਾ ਸਾਰਿਆਂ ਦਾ ਨਾਂ ਦਾਦਾ ਮੇਰਾ ਦੱਸ ਦੇ। ਨਹੀਂ ਨਹੀਂ, ਇਹਦਾ ਨਾਮ ਦੱਸਣਾ ਸਿੰਗਰ ਦੇ ਨੇਮ ਤੇ ਰੱਖਿਆ ਹੋਇਆ। ਇਹ ਕੀ ਹੋਇਆ, ਜਿਹੜੀ ਚੀਜ਼ ਨੂੰ ਜਿਹਦੇ ਨਾਲ ਪਿਆਰ ਹੋਵੇ ਉਹਦੇ ਨਾਲ ਹੀ ਲਿਖਦਾ, ਕੀ ਰੱਖਿਆ ਨਾਮ? ਸਰ ਇਹਨਾਂ ਨਹੀਂ ਪਤਾ। ਦੱਸੋ ਮੰਨਤ ਜੀ। ਬਸ ਜੀ, ਦਾ ਨਾਮ ਨਹੀਂ ਡਿਸਕਲੋਜ਼ ਕਰਨਾ। ਆਹ ਤੇ ਕੰਮ ਧੱਕਾ ਹੋ ਗਿਆ, ਕਿਸੇ ਸਿੰਗਰ ਦਾ ਨਾਮ ਨਹੀਂ ਹੈ। ਤੁਸੀਂ ਦੱਸੋ ਬਾਈ। ਇਹਦਾ ਨਾਮ ਟੋਨੀ ਹੈ। ਟੋਨੀ, ਇਹ ਹੁਣ ਉਤਲਾ ਹੀ ਨਾਂ ਦੱਸਤਾ ਕੋਈ, ਸਾਨੂੰ ਪਤਾ ਲੱਗ ਗਿਆ। ਵੀਰ ਤੇਰੇ ਨਾਲ ਧੱਕਾ ਹੋਇਆ, ਤੇਰਾ ਨਾਮ ਨਹੀਂ ਦੱਸਿਆ ਇਹਨਾਂ ਨੇ। ਇਹ ਕਹਿੰਦੇ ਵੀ ਇਹ ਬਹੁਤ ਫੇਵਰੇਟ ਹੈ ਮੇਰੇ। ਅੱਛਾ, ਇਹਦੇ ਨਾਲ ਇੰਨਾ ਪਿਆਰ ਕਿਉਂ? ਇੱਕ ਤਾਂ ਇਹਦਾ ਸ਼ੇਡ ਕਰਕੇ ਦੇਖੋ, ਮੈਂ ਕੋਲ ਖੜੀ ਹੈ, ਇਹਨੇ ਕੁਛ ਨਾ ਕੁਛ ਕਰਨ ਲੱਗ ਜਾਣਾ। ਆਹ ਦੇਖੋ, ਇਹਦੇ ਨਾਲ ਮੈਂ ਖੇਡੂੰਗੀ। ਅੱਛਾ, ਇਹ ਖੇਡਦਾ ਵੀ ਹੈ? ਹਾਂਜੀ, ਇਹ ਐਕਚੁਅਲੀ ਮਤਲਬ ਬਹੁਤ ਪਿਆਰ ਕਰਦਾ। ਜਿਵੇਂ ਅਗਰ ਮੈਂ ਬੈਠ ਗਈ, ਇਹਨੇ ਉੱਤੇ ਚੜ੍ਹੀ ਜਾਣਾ ਆ। ਵੈਸੇ ਸਾਰੇ ਕਰਦੇ ਨੇ, ਪਰ ਹੁੰਦਾ ਹਰੇਕ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ, ਤਾਂ ਇਸ ਕਰਕੇ ਮੇਰਾ ਇਹ ਫੇਵਰੇਟ ਹੈ। ਓਕੇ, ਤੁਹਾਡਾ ਕਿਹੜਾ ਫੇਵਰੇਟ ਹੈ ਇਕਨੂਰ? ਸਰ ਮੇਰੇ ਤਾਂ ਸਾਰੇ ਫੇਵਰੇਟ ਹੈ, ਸਾਰੇ ਵਧੀਆ ਲੱਗਦੇ। ਅੱਛਾ, ਕਦੀ ਇਸ ਤਰ੍ਹਾਂ ਹੁੰਦਾ ਵੀ ਜਦੋਂ ਘਰ ਚਲੇ ਜਾਂਦੇ ਹੋ, ਕਿਸੇ ਜੀ ਕਰੇ ਯਾਰ ਮੈਂ ਨਾ ਚਤਰੋ ਨੂੰ ਮਿਲਣ ਜਾਣਾ, ਜਾਂ ਮੈਂ ਪਖੰਡੀ ਨੂੰ ਮਿਲਣ ਜਾਣਾ, ਮੈਂ 2 ਮਿੰਟ 'ਚ ਹੋ ਕੇ ਫਿਰ ਆ ਗਈ, ਇੱਦਾਂ ਵੀ ਹੁੰਦਾ ਕਦੀ? ਜਾਣ ਲੱਗਦੇ ਆ ਨਾ, ਉਦੋਂ ਅਸੀਂ ਪਹਿਲਾਂ ਦੇਖ ਕੇ ਜਾਂਦੇ ਹਾਂ ਸਾਰੇ ਠੀਕ ਹੈ, ਅਤੇ ਫਿਰ ਜਿਹਨਾਂ ਨੂੰ ਅਸੀਂ ਫੇਵਰੇਟ ਹੁੰਦੇ ਹਾਂ ਸਾਰੇ, ਉਹਨਾਂ ਨੂੰ ਇੱਕ ਵਾਰ ਮਿਲ ਕੇ ਜਾਂਦੇ ਹਾਂ, ਉਦੋਂ ਹੀ ਮਿਲ ਜਾਂਦੇ ਹਾਂ। ਅੱਛਾ, ਸਿਆਲ ਦੇ ਵਿੱਚ ਇਹਨਾਂ ਦਾ ਕਿਵੇਂ ਧਿਆਨ ਰੱਖਦੇ ਹੋ, ਇਹਨਾਂ ਦੇ ਠੰਡ ਤੋਂ ਬਚਾਉਣ ਲਈ ਕਿਵੇਂ ਕਰਦੇ ਹੋ? ਇਹ ਦੇਖੋ ਜੀ, ਅਸੀਂ 2 ਸ਼ੈੱਡ ਬਣਾ ਰੱਖੇ ਨੇ, ਇੱਕ ਤਾਂ ਮਤਲਬ ਅੰਦਰ ਫੁੱਲੀ ਕਵਰਡ ਹੈ, ਇੱਕ ਬਾਹਰ ਹੈ, ਤਾਂ ਸਰਦੀਆਂ 'ਚ ਜਦੋਂ ਧੁੱਪ ਹੁੰਦੀ ਹੈ ਤਾਂ ਅਸੀਂ ਬਾਹਰ ਕੱਢ ਦਿੰਦੇ ਹਾਂ। ਅੰਦਰ ਅਸੀਂ ਮਤਲਬ ਪੂਰਾ ਟੈਂਪਰੇਚਰ ਮੇਨਟੇਨ ਕਰਕੇ ਰੱਖਦੇ ਹਾਂ, ਆ ਜਿਹੜੇ ਰੋਸ਼ਨਦਾਨ ਆ ਸਾਰੇ ਬੰਦ ਕਰ ਦਿੰਦੇ ਹਾਂ। ਇੱਕ ਅਸੀਂ ਹੋਰ ਗੱਲ ਦੱਸੀਏ ਫਾਰਮਰਸ ਨੂੰ, ਇੱਕ ਅਸੀਂ ਆਪਣੇ ਫਾਰਮ ਦੇ ਵਿੱਚ ਟੈਂਪਰੇਚਰ ਮੀਟਰ ਵੀ ਲਗਾਇਆ ਹੋਇਆ। ਟੈਂਪਰੇਚਰ ਮੀਟਰ ਸਾਰਾ 70 ਰੁਪਏ ਦਾ ਆਉਂਦਾ, ਪਰ ਉਹ ਨਾ ਬਹੁਤ ਜ਼ਿਆਦਾ ਲਾਹੇਵੰਦ ਹੈ, ਕਿਉਂਕਿ ਉਹ ਟੈਂਪਰੇਚਰ ਦੱਸੀ ਜਾਂਦਾ, ਤਾਂ ਮਤਲਬ ਜਦੋਂ ਅਸੀਂ ਮਤਲਬ 35 ਤੱਕ ਟੈਂਪਰੇਚਰ ਗਰਮੀਆਂ 'ਚ ਰਹਿੰਦਾ ਆਪਣੇ ਫਾਰਮ 'ਤੇ, ਅਤੇ 25 ਸਰਦੀਆਂ 'ਚ ਰਹਿੰਦਾ। ਸੋ ਇਹਦੇ ਨਾਲ ਇਹ ਲੱਗਦਾ ਵੀ ਜਿਹੜਾ ਗੋਟ ਦੇ ਵਾਸਤੇ ਵਧੀਆ ਟੈਂਪਰੇਚਰ ਆ ਉਹ ਮੇਨਟੇਨ ਕਰਕੇ ਰੱਖਿਆ ਜਾ ਸਕਦਾ। ਅੱਛਾ, ਮੈਨੂੰ ਇਹ ਦੱਸੋ ਵੀ ਹੁਣ ਤੁਸੀਂ ਸਾਰਾ ਕੁਛ ਜਿੱਦਾਂ ਮੌਸਮ ਦੇ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਆਉਂਦੀ ਆ, ਫਿਰ ਕਿੰਨਾ ਕੁ ਤੁਹਾਨੂੰ ਮਤਲਬ ਸਾਂਭਣਾ ਸੰਭਾਉਂਦੀ, ਕਿੰਨੀ ਕੁ ਫਿਕਰ ਹੋ ਜਾਂਦੀ ਵੀ ਆਹ ਚੀਜ਼ ਕਰਾਈਏ ਫਟਾਫਟ, ਆਹ ਕਰਾਈਏ?
ਮੌਸਮ ਦੀ ਵੈਸੇ ਜਿਹੜੀ ਗੋਟਸ ਹੁੰਦੀ ਹੈ ਉਹਨਾਂ ਨੂੰ ਮਤਲਬ ਡਾਇਟ ਤੋਂ ਪ੍ਰੋਬਲਮ ਹੁੰਦੀ ਹੈ ਅਗਰ ਇਮੀਡੀਏਟਲੀ ਡਾਇਟ ਚੇਂਜ ਕਰ ਦਿੱਤੀ ਜਾਵੇ। ਮੌਸਮ ਦਾ ਕੋਈ ਇੰਨਾ ਨਹੀਂ ਹੁੰਦਾ, ਬਾਕੀ ਜਿਵੇਂ ਸੀਜ਼ਨ ਚੇਂਜ ਹੁੰਦੇ ਨੇ, ਹੁਣ ਤਾਂ ਜਿਵੇਂ ਮੌਨਸੂਨ ਚੱਲ ਰਿਹਾ ਕੋਈ ਇੰਨੀ ਪ੍ਰੋਬਲਮ ਨਹੀਂ ਹੈ, ਆਪਣਾ ਸਾਰਾ ਕੁਝ ਪੱਕਾ ਬਣਿਆ ਹੋਇਆ, ਤਾਂ ਗਰਮੀ ਸਰਦੀ ਦਾ ਥੋੜ੍ਹਾ ਹੁੰਦਾ ਜਿਵੇਂ ਇੱਕਦਮ ਗਰਮੀ ਪੈ ਗਈ ਤਾਂ ਜਿਹੜੀ ਗੋਟਸ ਹੁੰਦੀਆਂ ਨੇ ਨਾ ਗਰਮੀ ਦੇ ਵਿੱਚ ਬੱਚੇ ਗੇਰ ਦਿੰਦੀਆਂ ਨੇ, ਸੋ ਉਹਦਾ ਧਿਆਨ ਰੱਖਣਾ ਪੈਂਦਾ। ਸਰਦੀਆਂ ਦੇ ਵਿੱਚ ਇੱਕਦਮ ਜੇ ਠੰਡ ਲੱਗ ਗਈ ਫਿਰ ਐਨੀਮੀਆ ਹੋ ਜਾਂਦਾ, ਫਿਰ ਐਕਚੁਅਲੀ ਜਦੋਂ ਕੁਝ ਗੋਟ ਨੂੰ ਹੋ ਜਾਏ ਨਾ ਫਿਰ ਉਹ ਇੱਕ ਦੋ ਮਹੀਨਾ ਪਿੱਛੇ ਚਲੀ ਜਾਂਦੀ ਹੈ, ਫਿਰ ਰਿਕਵਰ ਨਹੀਂ ਹੁੰਦੀ, ਫਿਰ ਉਹ ਲਿੱਸੀ ਹੋਈ ਜਾਂਦੀ ਹੈ, ਫਿਰ ਮਤਲਬ ਰਿਕਵਰੀਬਿਲਟੀ ਵੀ ਘੱਟ ਜਾਂਦੀ ਹੈ। ਸੋ ਇਸ ਕਰਕੇ ਮਤਲਬ ਅਸੀਂ ਮੌਸਮ ਦਾ ਬਹੁਤ ਧਿਆਨ ਰੱਖਦੇ ਹਾਂ। ਅੱਛਾ, ਇੱਕ ਬੜੀ ਖਾਸ ਗੱਲ ਆ ਬਈ, ਤੁਸੀਂ ਇਹ ਦੇਖੋ ਵੀ ਇਹਨਾਂ ਭੈਣਾਂ ਨੂੰ ਸਾਰੀ ਨੌਲੇਜ ਆ, ਆਪਾਂ ਇਹਦੇ ਇਹਦੇ ਵਿੱਚ ਚੱਲਦੇ ਹਾਂ, ਥੋੜ੍ਹਾ ਜਿਹਾ ਤਾਂ ਸੌਖਾ ਹੋ ਜਾਊਗਾ ਸਾਡਾ ਕੰਮ। ਅੱਛਾ, ਇੱਕ ਚੀਜ਼ ਦੱਸੋ, ਜਦੋਂ ਏਕਨੂਰ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਵੇ ਜਾਂ ਕੁਛ ਇੱਦਾਂ ਦਾ ਹੁੰਦਾ ਤਾਂ ਫਿਕਰਮੰਦ ਤਾਂ ਹੋ ਹੀ ਜਾਂਦੇ ਹੋ, ਫਿਰ ਉਹਦੀ ਰਿਕਵਰੀ ਵਾਸਤੇ ਫਾਸਟ ਟੂ ਫਾਸਟ ਕੀ ਹੁੰਦਾ ਤੁਹਾਡੇ ਕੋਲ ਹੱਲ, ਜੇ ਕਿਸੇ ਨਵੇਂ ਬੰਦੇ ਨੂੰ ਇੱਦਾਂ ਦੀ ਕੋਈ ਪ੍ਰੋਬਲਮ ਆਵੇ ਉਹ ਵਧੀਆ ਤਰੀਕੇ ਨਾਲ ਕਿਵੇਂ ਆਪਾਂ ਮਾੜਾ ਜਿਹਾ ਤਾਂ ਦੱਸ ਹੀ ਸਕਦੇ ਨਾ ਵੀ ਇਸ ਤਰੀਕੇ ਨਾਲ ਆਪਾਂ ਹੋ ਸਕਦਾ? ਸਰ, ਜਿਵੇਂ ਦੀ ਪ੍ਰੋਬਲਮ ਆਉਂਦੀ ਉਸਦੇ ਮੁਤਾਬਿਕ ਉਹਦੀ ਮੈਡੀਸਨਸ ਵੀ ਹੁੰਦੀਆਂ ਨੇ, ਅਤੇ ਇਹਦੇ ਜੇ ਮੈਡੀਸਨਸ ਆਪਾਂ ਲੈ ਕੇ ਉਹਦੇ ਪਿੱਛੇ ਲਿਖਿਆ ਹੁੰਦਾ ਪ੍ਰੋਪਰਲੀ ਵੀ ਕਿੰਨੇ ਐੱਮ ਐੱਲ ਕਿੰਨੀ ਗੋਟ ਨੂੰ ਕੇਜੀ ਦੇ ਇੱਕ ਕੇਜੀ ਦੇ ਮੁਤਾਬਿਕ ਕਿੰਨੇ ਐੱਮ ਐੱਲ ਦੇਣੇ, ਉਵੇਂ ਲਿਖਿਆ ਹੁੰਦਾ, ਇੱਕ ਤਾਂ ਉਹ ਦੇ ਦਿੰਦੇ ਹਾਂ। ਬਾਕੀ ਜਿਹੜੀ ਮੇਨ ਪ੍ਰੋਬਲਮ ਜਿਸ ਤੋਂ ਸਟਾਰਟ ਹੁੰਦੀ ਹੈ ਉਹ ਡਾਇਟ ਤੋਂ, ਜੇ ਡਾਇਟ ਨਹੀਂ ਵਧੀਆ ਹੋਏਗੀ ਤਾਂ ਇਹਨਾਂ ਨੂੰ ਪ੍ਰੋਬਲਮਸ ਲੱਗਣਗੀਆਂ। ਬਾਕੀ ਇੱਕ ਜੇ ਡਾਇਟ ਆਪਾਂ ਇੱਕਦਮ ਚੇਂਜ ਕਰ ਦਈਏ ਤਾਂ ਵੀ ਇਹਨਾਂ ਨੂੰ ਪ੍ਰੋਬਲਮਸ ਲੱਗਦੀਆਂ ਨੇ। ਅੱਛਾ, ਹੁਣ ਆਪਾਂ ਜਾਂਦੇ ਜਾਂਦੇ ਇਹਨਾਂ ਦੋਵਾਂ ਭੈਣਾਂ ਤੋਂ ਇੱਕ ਮੈਸੇਜ ਜ਼ਰੂਰ ਲੈਣਾ, ਜਿਹੜੇ ਤੁਹਾਡੇ ਵਰਗੇ ਯੰਗਸਟਰਸ ਨੇ, ਚਾਹੇ ਉਹ ਕੁੜੀਆਂ ਨੇ ਚਾਹੇ ਮੁੰਡੇ ਨੇ, ਤੁਸੀਂ ਇਸ ਉਮਰ ਦੇ ਵਿੱਚ ਐਡਾ ਵੱਡਾ ਮੁਕਾਮ ਹਾਸਲ ਕੀਤਾ ਕਿ ਜਿੱਦਾਂ ਕਹਿੰਦੇ ਨਾ ਵੀ ਤੁਸੀਂ ਆਪਣੇ ਪਿੰਡ ਆਉਣ ਲਾਤੇ, ਹੈ ਇਹ ਤੁਹਾਡੀ ਮਿਹਨਤ ਆ, ਤੁਸੀਂ ਆਪਣੀ ਮਿਹਨਤ ਸਦਕਾ, ਬਿਜ਼ਨਸ ਤਾਂ ਹਰ ਕੋਈ ਕਰਦਾ ਪਰ ਇਸ ਤਰੀਕੇ ਨਾਲ ਲੋਕਾਂ ਦਾ ਪਿਆਰ ਜਿਹੜਾ ਤੁਹਾਨੂੰ ਮਿਲਿਆ ਉਹਦੇ ਪਿੱਛੇ ਸਭ ਤੋਂ ਵੱਡਾ ਹੱਥ ਕਿਹਦਾ ਮੰਨਦੇ ਹੋ? ਤੁਹਾਡੀ ਮਿਹਨਤ ਤਾਂ ਹੈ ਹੀ ਆ ਪਰ ਕੁਛ ਚੀਜ਼ਾਂ ਸਪੋਰਟਿਵ ਵੀ ਹੁੰਦੀਆਂ ਨੇ, ਉਹਦੇ ਵਿੱਚ ਸਭ ਤੋਂ ਵੱਡਾ ਹੱਥ ਕਿਹਦਾ ਮੰਨਦੇ ਹੋ? ਔਰ ਦੂਸਰੀ ਗੱਲ, ਬਾਕੀਆਂ ਨੂੰ ਜੇ ਆਪਾਂ ਇੱਕ ਭੈਣ ਭਰਾ ਦੇ ਤੌਰ 'ਤੇ ਮੈਸੇਜ ਵੀ ਦੇਣਾ ਹੋਵੇ ਵੀ ਕਿੱਦਾਂ ਆਪਾਂ ਲਗਨ ਦੇ ਨਾਲ ਕੰਮ ਕਰ ਸਕਦੇ, ਉਹਦੇ ਬਾਰੇ ਮੈਨੂੰ ਤੁਸੀਂ ਦੱਸੋ। ਅਗਰ ਤੁਸੀਂ ਸਪੋਰਟ ਦੀ ਗੱਲ ਕਰਦੇ ਹੋ, ਜਿਵੇਂ ਸਾਰੇ ਜਾਣਦੇ ਹੋ ਅਸੀਂ ਦੋ ਹਲੇ ਛੋਟੇ ਬੱਚੇ ਹਾਂ ਤਾਂ ਅਸੀਂ ਮਤਲਬ ਨਹੀਂ ਇੰਨਾ ਕਰ ਸਕਦੇ ਕੰਸਟਰਕਸ਼ਨ ਦਾ ਕੰਮ। ਸਾਡੀ ਫੈਮਿਲੀ ਬਹੁਤ ਸਪੋਰਟਿਵ ਹੈ ਵੀ ਜਿਵੇਂ ਹੁਣ ਸਾਰਾ ਕੰਮ ਅਗਰ ਅਸੀਂ ਕਈ ਵਾਰੀ ਨਹੀਂ ਠੀਕ ਹੁੰਦੇ, ਤਬੀਅਤ ਨਹੀਂ ਠੀਕ ਹੁੰਦੀ ਤਾਂ ਮਤਲਬ ਉਹ ਫਾਰਮ 'ਤੇ ਆ ਕੇ ਮਤਲਬ ਵਿਜ਼ਿਟ ਕਰਦੇ ਆ, ਸਾਡੇ ਦਾਦਾ ਜੀ ਰੋਜ਼ ਵਿਜ਼ਿਟ ਕਰਦੇ ਆ ਫਾਰਮ 'ਤੇ, ਤਾਂ ਸਭ ਤੋਂ ਵੱਡਾ ਹੱਥ ਫੈਮਿਲੀ ਦਾ। ਬਾਕੀ ਅਗਰ ਰੱਬ ਹੀ ਮੱਤ ਨਾ ਦੇਵੇ ਫਿਰ ਕੁਛ ਵੀ ਨਹੀਂ ਹੋ ਸਕਦਾ, ਸੋ ਕਿਤੇ ਨਾ ਕਿਤੇ ਵਾਹਿਗੁਰੂ ਦਾ ਵੀ ਬਹੁਤ ਵੱਡਾ ਹੱਥ ਆ। ਜਿਹੜੇ ਮਤਲਬ ਸਾਡੇ ਵਰਗੇ ਬੱਚੇ ਨੇ ਸਾਨੂੰ ਦੇਖਦੇ ਨੇ, ਉਹਨਾਂ ਵਾਸਤੇ ਇੱਕੋ ਹੀ ਮੈਸੇਜ ਆ ਵੀ ਜਿਹੜਾ ਵੀ ਕੰਮ ਤੁਹਾਨੂੰ ਅੱਛਾ ਲੱਗਦਾ ਵੀ ਉਹ ਮਤਲਬ ਠੀਕ ਹੋਵੇ, ਬੁਰਾ ਨਾ ਹੋਵੇ, ਜਿਹੜਾ ਵੀ ਕੰਮ ਤੁਹਾਨੂੰ ਅੱਛਾ ਲੱਗਦਾ ਉਸ 'ਚ ਤੁਸੀਂ ਆਪਣਾ ਸਮੇਂ ਇਨਵੈਸਟ ਕਰਨਾ ਸ਼ੁਰੂ ਕਰ ਦਿਓ। ਮਤਲਬ ਪਹਿਲਾਂ ਤਾਂ ਤੁਹਾਨੂੰ ਵਧੀਆ ਲੱਗੇਗਾ, ਹੌਲੀ ਹੌਲੀ ਐਂ ਹੋ ਜੂਗਾ ਵੀ ਕੀ ਆ ਵੀ ਕੁਛ ਹੋ ਤਾਂ ਰਿਹਾ ਨਹੀਂ, ਤਾਂ ਮਤਲਬ ਹੌਲੀ ਹੌਲੀ ਜਦ ਤੁਸੀਂ ਅੱਗੇ ਇਨਵੈਸਟ ਕਰਨਾ ਸ਼ੁਰੂ ਕਰ ਦੋਗੇ ਤਾਂ ਅੱਗੇ ਜਾ ਕੇ ਤੁਹਾਨੂੰ ਲੱਗੇਗਾ ਵੀ ਅਸੀਂ ਕਿੱਥੇ ਟਾਈਮ ਲਾਇਆ ਤਾਂ ਉਹ ਵਧੀਆ ਲਾਇਆ। ਹੁਣ ਜਿਵੇਂ ਅਸੀਂ ਲਗਾਇਆ ਤਾਂ ਸਾਨੂੰ ਲੱਗ ਰਿਹਾ ਵਧੀਆ ਲਾਇਆ, ਇਸੇ ਦੇ ਉਲਟ ਜੇ ਅਸੀਂ ਕਿਤੇ ਕੁਛ ਹੋਰ ਕਰਨ ਲੱਗ ਜਾਂਦੇ, ਜਿਵੇਂ ਕੁਛ ਫਿਲਮਾਂ ਦੇਖ ਲਈਆਂ ਕੁਛ ਹੋਰ ਕਰ ਲਿਆ ਤਾਂ ਅਸੀਂ ਹੁਣ ਕਹਿਣ ਜੋਗੇ ਨਾ ਹੁੰਦੇ ਵੀ ਅਸੀਂ ਆਪਣੇ ਪਿਛਲੇ ਸਮੇਂ 'ਚ ਕੁਛ ਕਰਿਆ। ਸੋ ਉਹਨਾਂ ਨੂੰ ਵੀ ਇਹ ਮਤਲਬ ਮੇਰੀ ਬੇਨਤੀ ਹੈ ਵੀ ਤੁਸੀਂ ਆਪਣਾ ਸਮੇਂ ਕਿਸੇ ਚੰਗੀ ਚੀਜ਼ 'ਚ ਇਨਵੈਸਟ ਕਰੋ, ਕੁਛ ਸਿੱਖ ਲਓ, ਜਿਵੇਂ ਹੁਣ ਤਾਂ ਬਹੁਤ ਕੁਛ ਔਨਲਾਈਨ ਪਿਆ, ਕੁਛ ਸਿੱਖ ਸਕਦੇ ਹੈ। ਇਗਨੋਰ ਤੁਹਾਡਾ ਕੀ ਕਹਿਣਾ? ਸਰ, ਮੇਰਾ ਇਹੀ ਹੈ ਵੀ ਆਪਾਂ ਨੂੰ ਸਪੋਰਟ ਦੇ ਬਾਰੇ ਤਾਂ ਸਾਡੀ ਪੂਰੀ ਫੈਮਿਲੀ ਸਪੋਰਟਿਵ ਹੈ,
ਤੇ ਬਾਕੀ ਆਪਾਂ ਨੂੰ ਇੱਕ ਮਤਲਬ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਮੇਰਾ ਇਹੀ ਮੈਸੇਜ ਹੈ ਵੀ ਅੱਗੇ ਜਾ ਕੇ ਆਪਾਂ ਕਰਦੇ ਹਾਂ ਵੀ ਆਪਾਂ ਨੂੰ ਨੌਕਰੀਆਂ ਮਿਲਣ, ਪਰ ਆਪਾਂ ਨੂੰ ਕੀ ਪਤਾ ਕਿ ਅੱਗੇ ਜਾ ਕੇ ਨੌਕਰੀਆਂ ਮਿਲਣਗੀਆਂ ਹੀ, ਤਾਂ ਕਿਉਂ ਨਹੀਂ ਤੁਸੀਂ ਸ਼ੁਰੂ ਤੋਂ ਹੀ ਆਪਣਾ ਕੋਈ ਸਾਈਡ ਬਿਜ਼ਨਸ ਕਰਦੇ ਜਿਸ ਤੋਂ ਤੁਹਾਨੂੰ ਅੱਗੇ ਜਾ ਕੇ ਪ੍ਰੋਫਿਟ ਹੋਏ, ਇਹੀ ਹੈ ਮੇਰਾ ਮੈਸੇਜ। ਅੱਛਾ ਬਾਈ, ਉਹ ਤਾਂ ਦੋਵਾਂ ਭੈਣਾਂ ਦੀ ਉਮਰ ਛੋਟੀ ਆ, ਪਰ ਹੁਣ ਇਹ ਸਿਆਣੀਆਂ ਹੋ ਗਈਆਂ, ਹੁਣ ਇਹ ਵੱਡੀਆਂ ਹੋ ਗਈਆਂ, ਕਿਉਂਕਿ ਕੰਮ ਕੀਤਾ 4 ਸਾਲ, ਬਿਜ਼ਨਸ ਰਨ ਕੀਤਾ ਤਾਂ ਵੱਡਾ ਤਾਂ ਹੋ ਜਾਂਦਾ। ਮਨਤ, ਮੰਨਦੇ ਹੋ ਵੀ ਹੁਣ ਤੁਸੀਂ ਵੱਡੇ ਹੋ ਗਏ? ਮੰਨਦੇ ਹਾਂ ਵੀ ਅਸੀਂ ਮਤਲਬ ਥੋੜ੍ਹੇ ਵੱਡੇ ਹੋ ਚੁੱਕੇ ਹਾਂ ਨੋਰਮਲ ਬੱਚਿਆਂ ਨਾਲੋਂ, ਵੀ ਥੋੜ੍ਹਾ ਸਟੇਟ ਆਫ ਮਾਈਂਡ ਜ਼ਿਆਦਾ ਵੱਡਾ ਹੋ ਚੁੱਕਿਆ ਹੋ ਗਿਆ। ਲਓ ਜੀ, ਫਿਰ ਇਹ ਸਨ ਦੋਨੋਂ ਭੈਣਾਂ, ਮੰਨਤ ਮੈਮੀ ਅਤੇ ਏਕਨੂਰ ਮੈਮੀ, ਜਿਨ੍ਹਾਂ ਦੇ ਨਾਲ ਦੀ ਅੱਜ ਦੀ ਇਹ ਸਾਡੀ ਖਾਸ ਮੁਲਾਕਾਤ ਸੀ, ਜਿਹੜਾ ਇਹਨਾਂ ਨੇ ਗੋਟ ਆਪਣਾ ਇੰਡੀਆ ਮਿਲਕ ਗੋਟ ਫਾਰਮ ਚਲਾਇਆ। ਜਦੋਂ ਕਹਿੰਦੇ ਨਾ ਬੰਦੇ ਦੇ ਆਪਦੇ ਸੈੱਲ ਘਟਣ, ਅਤੇ ਉਦੋਂ ਬੰਦਾ ਸੋਚਦਾ ਬਾਹਰੋਂ ਦੁੱਧ ਲੈ ਲਈਏ, ਪਰ ਇਹਨਾਂ ਨੇ ਉਦੋਂ ਦੁੱਧ ਜ਼ਰੂਰ ਲਿਆ, ਪਰ ਇਹਨਾਂ ਨੇ ਆਪਣੇ ਘਰ ਬੱਕਰੀ ਲਿਆ ਕੇ ਰੱਖੀ ਸੀ 3ਰੀ ਮੰਜ਼ਿਲ 'ਤੇ। ਸਾਰੀ ਸਟੋਰੀ ਤੁਹਾਨੂੰ ਇਹਨਾਂ ਨੇ ਆਪਣੇ ਮੂੰਹੋਂ ਦੱਸੀ ਆ। ਇੰਸਪਾਇਰ ਹੋਣਾ ਜਿਹੜਾ ਹੁੰਦਾ ਉਹ ਕੋਈ ਨਾ ਕੋਈ ਕਿਤੋਂ ਨਾ ਕਿਤੋਂ ਇੰਸਪਾਇਰ ਜ਼ਰੂਰ ਹੁੰਦਾ। ਸੋ ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰਿਆ ਕਰੋ, ਚੰਗੇ ਪਾਸੇ ਮਨ ਲਾਇਆ ਕਰੋ, ਅਤੇ ਤੁਸੀਂ ਆਪਣੇ ਆਪ ਤਰੱਕੀ ਜਿਹੜੀ ਆ ਉਹ ਜ਼ਰੂਰ ਕਰ ਦਿਓ। ਸੋ ਇਹਨਾਂ ਬੱਚੀਆਂ ਕੋਲੋਂ ਅਸੀਂ ਵੀ ਬਹੁਤ ਕੁਝ ਸਿੱਖਿਆ, ਭਾਵੇਂ ਉਮਰ ਦੇ ਵਿੱਚ ਸਾਡੇ ਤੋਂ ਛੋਟੀਆਂ ਨੇ, ਪਰ ਜ਼ਿੰਦਗੀ ਦੇ ਵਿੱਚ ਤਜ਼ਰਬਾ ਇਹਨਾਂ ਨੇ ਬਹੁਤ ਵੱਡੇ ਮਕਾਮ 'ਤੇ ਪਹੁੰਚ ਚੁੱਕੀਆਂ ਨੇ, ਕਿਉਂਕਿ ਬਿਜ਼ਨਸ ਨੂੰ ਸ਼ੁਰੂ ਕਰਕੇ ਉਹਨੂੰ ਐਡਾ ਵੱਡਾ ਐਮਪਾਇਰ ਖੜ੍ਹਾ ਕਰਨਾ ਉਹ ਕੋਈ ਸੌਖਾ ਕੰਮ ਨਹੀਂ ਹੁੰਦਾ। ਸੋ ਅਸੀਂ ਬਹੁਤ ਕੁਝ ਇਹਨਾਂ ਤੋਂ ਸਿੱਖਿਆ, ਉਮੀਦ ਅਤੇ ਆਸ ਕਰਦੇ ਹਾਂ ਤੁਸੀਂ ਵੀ ਇਸ ਪ੍ਰੋਗਰਾਮ 'ਚੋਂ ਕੁਛ ਨਾ ਕੁਛ ਜ਼ਰੂਰ ਸਿੱਖਿਆ ਹੋਊਗਾ। ਔਰ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਸ਼ਖਸੀਅਤ ਦੇ ਨਾਲ। ਮੰਨਤ ਔਰ ਏਕਨੂਰ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਦੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਫਾਰਮ 'ਤੇ ਆਏ, ਵਿਜ਼ਿਟ ਕੀਤਾ। ਸ਼ੁਕਰੀਆ ਜੀ, ਥੈਂਕ ਯੂ ਜੀ। ਸੋ ਇਹ ਸੀ ਸਾਡੀ ਅੱਜ ਦੀ ਖਾਸ ਮੁਲਾਕਾਤ, ਅਗਲੀ ਵਾਰ ਫਿਰ ਮਿਲਾਂਗੇ ਕਿਸੇ ਸ਼ਖਸੀਅਤ ਦੇ ਨਾਲ। ਫਿਲਹਾਲ ਦੇ ਲਈ ਕੈਮਰਾਮੈਨ ਦੀਪਕ, ਉਹਨਾਂ ਦੇ ਨਾਲ ਦਿਓ ਮੈਨੂੰ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ ਸਤਿ ਸ਼੍ਰੀ ਅਕਾਲ ਜੀ।